ਭਾਵੇਂ ਇੱਕ ਨਾ ਹੰਝੂ ਪੂੰਜੀ ਤੇ ਨਾ ਹੀ ਦਵੀਂ ਦਲਾਸਾ, ਭਾਵੇਂ ਇੱਕ ਨਾ ਹੰਝੂ ਪੂੰਜੀ ਨਾ ਹੀ ਦਵੀਂ ਦਲਾਸਾ, ਤੱਕ ਤੇ ਲੈ ਇੱਕ ਵਾਰੀ ਸੱਜਣਾ ਪਰਤ ਕੇ ਇੱਧਰ ਪਾਸਾ। ਪਿਆਰ ਦੀਆਂ ਇਹ ਮਿੱਠੀਆਂ ਸੂਲਾਂ ਰੜਕਣ ਵਿੱਚ ਕਲੇਜੇ, ਡਰਦਾ ਮਾਰਾ ਆਵਾਜ਼ ਨਾ ਕੱਢਾਂ ਬਣ ਜਾਵੇ ਨਹਾਸਾ। ਦੇਖਣ ਦੇ ਲਈ ਸੁੱਖ ਸੱਜਣਾ ਦੇ ਕਿਹੜਾ ਪੱਜ ਬਣਾਵਾਂ, ਮਜਨੂ ਮਣ ਕੇ ਜਾਣਾ ਪੈਣਾ ਓੜਕ ਫਰ ਕੇ ਕਾਸਾ, ਔਰ ਉਸੇ ਮੈਂ ਮਿੰਨਤਾਂ ਕਰ ਕਰ ਤਰਲਿਆਂ ਨਾਲ ਮਨਾਵਾਂ, ਔਰ ਉਸੇ ਮੈਂ ਮਿੰਨਤਾਂ ਕਰ ਕਰ ਤਰਲਿਆਂ ਨਾਲ ਮਨਾਵਾਂ। ਮੈਂ ਰੁੱਸਾ ਤੇ ਇੱਕ ਵਾਰੀ ਵੀ ਉਹ ਨਾ ਦੇਵੇ ਦਿਲਾਸਾ, ਕੋਈ ਦਰਦਾਂ ਨਾਲ ਮਰਦਾ ਰੋਵੇ ਤੇ ਮੈਂ ਹੰਝੂ ਪੂੰਜਾਂ। ਮੈਂ ਰੋਵਾਂ ਤਾਂ ਲੋਕਾਂ ਭਾਣੇ ਬਣ ਜਾਂ ਖੇਡ ਤਮਾਸ਼ਾ, ਮੈਂ ਰੋਵਾਂ ਤਾਂ ਲੋਕਾਂ ਭਾਣੇ ਬਣ ਜਾਂ ਖੇਡ ਤਮਾਸ਼ਾ। ਇਹ ਲਾਈਨਾਂ ਨੇ ਜੀ ਇਕਬਾਲ ਰਾਹਤ ਸਾਹਿਬ ਦੀਆਂ, ਸ਼ਾਇਰ ਨੇ। ਲਾਈਨਾਂ ਦੇ ਵਿੱਚ ਵਾਕਿਆ ਹੀ ਬਿਲਕੁਲ ਇਉਂ ਲੱਗਦਾ ਜੇ ਮੈਂ ਆਪਣੇ ਆਪ 'ਤੇ ਗੱਲ ਢੁੱਕਦੀ ਕਰਾਂ, ਵੈਸੇ ਤਾਂ ਬਹੁਤ ਸਾਰੇ ਲੋਕਾਂ ਨਾਲ ਹੁੰਦਾ, ਇਉਂ ਲੱਗਣ ਲੱਗ ਪੈਂਦਾ ਕਿ ਸਾਰੇ ਫਰਜ਼ ਮੇਰੇ ਹੀ ਆ, ਅਗਲੇ ਦਾ ਕੋਈ ਫਰਜ਼ ਨਹੀਂ, ਕੋਈ ਰਿਸ਼ਤੇਦਾਰ ਆ, ਯਾਰ ਦੋਸਤ ਆ, ਘਰ ਦਾ ਆ, ਬਾਹਰਲਾ, ਉਹਦਾ ਕੋਈ ਫਰਜ਼ ਨਹੀਂ, ਸਾਰੇ ਫਰਜ਼ ਮੇਰੇ ਹੀ ਆ। ਵੀ ਫੋਨ ਵੀ ਮੈਂ ਹੀ ਕਰਨਾ, ਅਤੇ ਨਹੀਂ ਕਰਿਆ ਅਤੇ ਉਹ ਫੋਨ ਕਿਤੇ ਕਰ ਲਿਆ, ਯਾਰ ਫੋਨ ਨਹੀਂ ਕਰਦਾ। ਵੀ ਬੰਦਾ ਪੁੱਛੇ ਵੀ ਤੂੰ ਕਰ ਲਿਆ ਕਰ ਭਾਈ, ਤੂੰ ਕਿੰਨੇ ਕਰ ਲੈਂਦਾ, ਮੈਂ ਤਾਂ ਅੱਗੇ ਕਹਿ ਦਿੰਦਾ ਹੁੰਦਾ ਯਾਰ ਤੇਰਾ ਰੋਜ਼ ਆ ਜਾਂਦਾ ਤਾਂ ਮੈਂ ਫਿਰ ਕੀ ਕਰਨਾ। ਸੋ ਇਹ ਚੀਜ਼ਾਂ ਹੁੰਦੀਆਂ ਵੀ ਲੋਕਾਂ ਆ, ਜਿੱਦਾਂ ਮੈਂ ਰੋਵਾਂ ਤਾਂ ਉਹਨਾਂ ਦੇ ਭਾਣੇ ਹਾਸਾ ਬਣ ਜਾਂਦਾ, ਅਤੇ ਇਹ ਚੀਜ਼ਾਂ ਤਕਰੀਬਨ ਇਹ ਗੱਲਾਂ ਲਾਈਨਾਂ ਜਿਹੜੀਆਂ ਹਰ ਬੰਦੇ 'ਤੇ ਢੁੱਕਦੀਆਂ ਨੇ। ਸੋ ਇਹਨਾਂ ਲਾਈਨਾਂ ਨਾਲ ਮੈਂ ਹਾਜ਼ਰ ਹਾਂ ਜਗਤਾਰ ਸਿੰਘ ਜੱਗੀ, ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਹੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਜ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਜੀ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਲਾਈਵ ਸ਼ੋਅ ਲੈ ਕੇ ਇੱਕ ਵਾਰ ਫਿਰ ਹਾਜ਼ਰ ਹਾਂ, ਔਰ ਗੱਲ ਕਰੀਏ ਤਾਂ ਜਿਹੜਾ ਕੱਲ੍ਹ ਇੱਕ ਬਹੁਤ ਵੱਡਾ ਗੁਬਾਰਾ ਫਟਿਆ ਸੀ ਕਹਿ ਸਕਦੇ ਹਾਂ, ਬੰਬ ਵੀ ਕਹਿ ਸਕਦੇ ਵੈਸੇ ਤਾਂ, ਉਹਦੀ ਚਰਚਾ ਚਾਰਜ ਫੇਰੇ, ਉਹਦੇ 'ਤੇ ਵੀ ਰਾਜਨੀਤੀ ਚਾਰਜ ਫੇਰੇ ਹੋਣ ਲੱਗ ਪਈ ਆ। ਗੱਲ ਮੈਂ ਕਰ ਰਿਹਾ ਜੀ ਪਹਿਲਾਂ ਟਰੂਡੋ ਸਾਹਿਬ ਦਾ ਬਿਆਨ ਆਉਂਦਾ, ਉਸ ਤੋਂ ਬਾਅਦ ਡਿਪਲੋਮੈਟ ਜਿਹੜਾ ਹੈਗਾ ਇੰਡੀਆ ਦਾ ਕੈਨੇਡਾ ਦੇ ਵਿੱਚ, ਉਹਨੂੰ ਤੋਰਿਆ ਜਾਂਦਾ ਘਰੇ ਵੀ ਭਾਈ ਤੂੰ ਚੱਲ ਅਰੈਸਟ ਕਰ ਹੁਣ, ਅਤੇ ਉਸ ਤੋਂ ਬਾਅਦ ਨਾਲ ਦੀ ਨਾਲ ਇੰਡੀਆ ਵਾਲੇ ਵੀ ਇਹ ਗੱਲ ਕਰ ਦਿੰਦੇ ਨੇ ਅਤੇ ਡਿਪਲੋਮੈਟ ਨੂੰ 5 ਦਿਨਾਂ ਦਾ ਟਾਈਮ ਦਿੰਦੇ ਆ ਵੀ ਭਾਈ ਤੂੰ ਦੇਸ਼ ਛੱਡ ਕੇ ਚਲਾ ਜਾ। ਇਹ ਗੱਲ ਕਾਫੀ ਵੱਧ ਗਈ, ਕਾਫੀ ਵੱਡੀ ਹੈ, ਮੇਰਾ ਖਿਆਲ ਆ ਵੀ ਪਹਿਲੀ ਵਾਰ ਕਿਸੇ ਮੁਲਕ ਦਾ ਇੱਦਾਂ ਹੋਇਆ ਹੋਊਗਾ, ਪਹਿਲੀ ਵਾਰ ਕਿਸੇ ਮੁਲਕ 'ਤੇ ਐਡਾ ਵੱਡਾ ਇਲਜ਼ਾਮ ਲੱਗਿਆ ਹੋਊਗਾ, ਜਦਕਿ ਪੰਜਾਬ ਦੀ ਜਿਹੜੀ ਰਾਜਨੀਤੀ ਆ ਉਹਦੇ 'ਤੇ ਸ਼ੁਰੂ ਹੋ ਗਈ ਆ। ਅਕਾਲੀ ਦਲ ਦੇ ਆਪਣੇ ਬਿਆਨ ਨੇ ਅਤੇ ਬੀਜੇਪੀ ਦੇ ਆਪਣੇ ਨੇ, ਬੀਜੇਪੀ ਦੀ ਤਾਂ ਕੁਦਰਤੀ ਗੱਲ ਆ ਕਿ ਉਹ ਜੋ ਸਰਕਾਰ ਕਹਿੰਦੀ ਆ ਉਹਦੇ ਹੱਕ 'ਚ ਬਿਆਨ ਦੇਣਾ ਪੈਣਾ। ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰਦੇ ਹਾਂ, ਉਹ ਕਹਿੰਦੇ ਵੀ ਨਹੀਂ ਜਿਹੜੇ ਨਿੱਜਰ ਦੀ ਮੌਤ ਹੋਈ ਸੀ ਉਹ ਗੁਰਦੁਆਰੇ ਦੇ ਆਪਸੀ ਲੜਾਈ ਕਰਕੇ ਹੋਈ ਸੀ, ਅਤੇ ਟਰੂਡੋ ਸਾਹਿਬ ਐਵੇਂ ਕਹਿ ਰਹੇ ਨੇ। ਦੇਖੋ ਜੀ, ਐਵੇਂ ਤਾਂ ਐਡੀ ਵੱਡੀ ਪੋਸਟ 'ਤੇ ਬਹਿ ਕੇ ਬੰਦਾ ਨਹੀਂ ਕਹਿੰਦਾ। ਦੂਜਾ ਸਵਾਲ ਇਹ ਜ਼ਰੂਰ ਲੋਕ ਕੁਝ ਖੜ੍ਹੇ ਕਰ ਰਹੇ ਨੇ ਵੀ ਟਰੂਡੋ ਸਾਹਿਬ ਨੇ ਵੀ ਇੰਨੇ ਦਿਨਾਂ ਬਾਅਦ G20 ਤੋਂ ਇਮੀਡੀਏਟ ਬਾਅਦ ਇਹ ਬਿਆਨ ਕਿਉਂ ਦਿੱਤਾ? ਹੁਣ ਜੇ ਕੈਪਟਨ ਸਾਹਿਬ ਨੂੰ ਇਹ ਪਤਾ ਸੀ ਵੀ ਇਹ ਗੁਰਦੁਆਰੇ ਦੀ ਲੜਾਈ ਹੈ ਤਾਂ ਉਹ ਪਹਿਲਾਂ ਕਿਉਂ ਨਹੀਂ ਉਹ ਬੋਲੇ ਉੱਥੇ? ਸੋ ਕੁੱਲ ਮਿਲਾ ਕੇ ਇਉਂ ਲੱਗਦਾ ਕਿ ਭਾਰਤ ਸਰਕਾਰ ਜਿਹੜੀ ਹੈ ਉਹ ਆਪਣਾ ਇਹਦੇ 'ਤੇ ਦਾਅ ਖੇਡਣ ਦੀ ਕੋਸ਼ਿਸ਼ ਕਰ ਰਹੀ ਹੈ, ਉਹ ਆਪਣਾ ਵੋਟ ਬੈਂਕ ਪੱਕਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਿਹਾ ਇਹ ਜਾਂਦਾ ਕਿ ਟਰੂਡੋ ਸਾਹਿਬ ਨੇ ਵੀ ਸਿੱਖਾਂ ਦੀਆਂ ਵੋਟਾਂ ਪੱਕੀਆਂ ਕਰਨ ਵਾਸਤੇ ਇਹ ਬਿਆਨ ਦਿੱਤਾ, ਪਰ ਇਹ ਗੱਲ ਨਹੀਂ ਹੈਗੀ, ਬਹੁਤ ਘੱਟ ਨੇ ਸਿੱਖਾਂ ਦੀਆਂ ਵੋਟਾਂ ਉਹਦੇ 'ਚ, ਬਹੁਤ ਘੱਟ ਨੇ, 38 ਲੱਖ ਮੇਰੇ ਖਿਆਲ ਵੋਟਰ ਹੈਗੇ ਨੇ, ਸ਼ਾਇਦ 3 ਕਰੋੜ 82 ਲੱਖ, ਅਤੇ ਉਹਦੇ ਵਿੱਚੋਂ 7 ਕੁ ਲੱਖ ਸਾਡੇ ਹੈਗੇ ਨੇ ਸਿੱਖ ਜਿਹੜੇ, ਜਿਨ੍ਹਾਂ 'ਤੇ ਇਹ ਇਫੈਕਟ ਪੈ ਸਕਦਾ। ਸੋ ਰਾਜਨੀਤੀ ਹੋ ਵੀ ਸਕਦੀ ਹੈ, ਨਹੀਂ ਵੀ ਹੋ ਸਕਦੀ, ਪਰ ਇਹਦਾ ਇੱਕ ਬੜਾ ਵੱਡਾ ਜਿਹੜਾ ਕਹਿ ਸਕਦੇ ਹਾਂ ਰੌਲਾ ਬਹੁਤ ਵੱਡੇ ਪੱਧਰ 'ਤੇ ਪੈ ਰਿਹਾ, ਅਤੇ ਅੱਗੇ ਗੱਲ ਮੁੱਕਦੀ ਕਿੱਥੇ ਆ ਕੇ ਆ ਇਹ ਆਉਣ ਵਾਲਾ ਸਮਾਂ ਦੱਸੂਗਾ, ਕਿਉਂਕਿ ਘੱਟ ਕੋਈ ਵੀ ਨਹੀਂ ਜੀ। ਇੰਡੀਆ ਵੀ ਆਪਣੇ ਆਪ ਨੂੰ ਸਮਝਦਾ ਵਧੀਆ ਅਤੇ ਕੈਨੇਡਾ ਵੀ ਵਧੀਆ ਹੈ ਹੀ ਹੈ। ਹੁਣ ਇਹ ਹੋ ਸਕਦਾ ਵੀ ਭਾਈ ਜਿਹੜੇ ਅਮਰੀਕਾ ਵਾਲੇ ਨੇ ਉਹਨਾਂ ਦੇ ਭਾਰਤ ਨਾਲ ਵੀ ਚੰਗੇ ਨੇ ਅਤੇ ਕੈਨੇਡਾ ਨਾਲ ਵੀ ਤਾਲੁਕਾ ਚੰਗੇ ਨੇ, ਉਹ ਹੋ ਸਕਦਾ ਬੈਠ ਬਿਠਾ ਕੇ ਕਿਤੇ ਕਹਿ ਦੇਣ ਵੀ ਨਹੀਂ ਭਾਈ ਛੱਡੋ ਇਸ ਗੱਲ ਨੂੰ, ਤੁਸੀਂ ਇਹਦਾ ਰੌਲਾ ਨਾ ਪਾਓ। ਪਰ ਇਹ ਗੱਲ ਇਹਦੇ 'ਚ ਕੋਈ ਸ਼ੱਕ ਨਹੀਂ, ਜੇ ਟਰੂਡੋ ਸਾਹਿਬ ਦੇ ਬਿਆਨ ਦੀ ਗੱਲ ਕਰੀਏ ਤਾਂ ਇਹ ਬਿਆਨ ਨਿੱਜਰ 'ਤੇ ਦਿੱਤਾ ਉਹਨਾਂ ਨੇ, ਅਤੇ ਹੋਰ ਵੀ ਜਿਹੜਾ ਕੋਈ ਸਿਟੀਜਨ ਹੈਗਾ ਉੱਥੋਂ ਦਾ ਉਹ 'ਤੇ ਕੋਈ ਔਕੜ ਆਉਂਦੀ ਆ,
तो उदों भी बयान देने चाहिए है। तो ये ध्यान जिहड़ा रखना जरूरी है, फर्ज हैगा जो कि उन्हें बयान दिता कि हर सिटीजन का ध्यान रखना साडा फर्ज है। सो इहदा काफ़ी रौला रप्पा पिया वा, इहदे ते भी अज गल करनी चाहिए, कर सकते हैं। तो उस तो बाद अगली गल करिए एक मंदभागी घटना ठीक 30 साल बाद वापरी है और उस जगह शायद याद होएगा साडे दर्शकों नूं 19 सितंबर 1993 नूं एक खबर आउंदी है अखबार दे विच। खबर तो 20 सितंबर नूं आउंदी है, 19 दी घटना सी 19 सितंबर 1993। तो बस जिहड़ी आ उह नहर दे विच डिग पैंदी है मुक्तसर जिले दे विच, ते उस बस दे विच भी काफ़ी सवारियां सीगियां। तो ठीक 30 साल बाद 19 सितंबर 1923 नूं सेम घटना रिपीट हुंदी आ। उदों बस सरकारी सी, हुण बस प्राइवेट सी, न्यू दीप बस है बादलों के चेहते ने दीप ढिल्लों साहब, उन्होंने बयान दिता माफ़ी मंगी है भी साढ़े स्टाफ की गलती आ, पर नाल नाल ये पहला केस नहीं हैगा। जिहड़ियां जदों अकाली दल की सरकार सी उदों भी इन्हां बसां ने बहुत हत्थ चक्की सी, जिन्हों मर्जी चलती बस तो थले तक्का मारदे सी, जिन्हों मर्जी बस के हेठा दे दिंदे सी, जिहदे मर्जी खड़ के चपेड़ा मार दिंदे सी उदों भी। हुण दी घटना की गल करिए, बहुत मंदभागी घटना, इउं ही रोपड़ दे विच भी एक डिग्गी सीगी, बारिश हो रही सी, सड़क गिली है, गिली सड़क ते ब्रेक लगनी औखी है, ये आपां नूं पता सारिआं नूं जिहड़ा भी माड़ा मोटा ड्राइविंग करदा ये चीज़ उत्ते आउंदी है। स्पीड ज़्यादा सी, ये अक्सर असी देखिआ जिहड़े प्राइवेट बसां वाले ने, सफ़र तुसीं भी कीता होया हो सकदा, प्राइवेट बसों वाले ने बहुत तेज़ भजा के अगे कढ़ के सरकारी बस तो, उन्होंने अड्डे ते पचौड़ी लाउणी हुंदी बस अपनी जाके, तां कि सवारियां जिहड़ियां हैगियां वो पहला चक लैन। वो वक्री गल है भी हूँ वो चीज़ है नहीं, पहला भजाड़न अगे भजाड़न पिछे भजाड़न, तो जिन्हें भाई फ्री की बस बहना उन्हें उच्ची बहना। बीबिया की खास तौर पर गल करिए उन्होंने तो उ सरकारी बस उड़ीकनी है कि भाई आओ तो असं चढ़ा चाहे घंटा होर ना आए, सानू कि काम आ कोई, अं कहे जाके हम कोठों तो कपड़े लड़ो मीह आ जाऊ, तो अभी तो वेलियाँ चलिया पता लैन कि। सो ये चीज़ा है बसा प्राइवेट वाली, प्राइवेट वाले बहुत मनमनी करते सीगे, आप देखे आ आने वाला समा बाकी दसूगा कि इतने की बीतती की नहीं बीतती। बाकी यूके जाने के जोड़े चाहवान ने उन्होंने वास्ते एक खबर हैगी अपडेट भी कह सकते पर सख्ती भी कह सकते हैं। जिमें कि असी देखते हैं आस्ट्रेलिया ने 5 यूनिवर्सिटी नॉर्थ दियाँ बंद करती, बैन करते स्टूडेंट बहुत सारे, कनेडा दे विच बहुत सारा एक इमेज ऐसी बन गई कि नहीं भाई जिहड़े इंडियन स्टूडेंट आ खास तौर तो पंजाबी स्टूडेंट आ वो तो कर दी इदा, जबकि सारे एको जे नहीं होंगे। इंग्लैंड ने भी विजिटर वीज़ा तो स्टडी वीज़े तो काफ़ी जाने के कह दें जो छाणा पतला लाता, पतले तो भाव यह है छाणा समझते हो गए साडे दर्शक कि जिन्हें भी वीज़ा लेना है उनकी शर्तें जिहड़ियां उन्होंने वो चेंज कीतियां ने, सख्त भी हो सकदियां चेंज भी कीतियां हो सकदियां। तो वो जिन्हें भी हुण गांह वीज़ा लेना कोई तो जरूर ध्यान रखो इस चीज़ का, तो ध्यान रख के देख के तो फिर ही आपां नूं जाना पएगा। सतकार कौर जी का सत्कार किया जी विजिलेंस वालिया ने, जिक्र किया कल आप 2 दिन का पुलिस रिमांड मिलया उन्होंने, उन्होंने जी आमदन है वो 1 करोड़ समथिंग दिखाई जाती है, तो खर्चा जोड़ा 4.5 करोड़ के करीब दिखाया जाता। अज की खबर यह है भी 2 दिन का पुलिस रिमांड मिलया, तो जो उन्होंने लेखा जोखा देखा विजिलेंस वाले ने कहें भी उन्होंने भी होश उड़ गए। खैर ये तो खबर सोशल मीडिया ने अपने वो वास्ते बनाई, उन्होंने कहदे होश उड़ने उन्होंने रोज़ का काम है, वह तो 4 करोड़ की 4,000 करोड़ दी प्रॉपर्टियां वाले भी उन्होंने वाह पैंदा होगा, 400 करोड़ वाले पैंदा होगा। सो होश उड़ के तो भाव यह है भी उन्होंने बहुत वड्डा लेखा जोखा जिहड़ा हैगा, और एकदम ही दौलत जी इन्नी बदनी 2012 दे विच सारा सीगा मेरे ख्याल उन्होंने 12 लाख रुपया, तो 2017 दे विच हो गया 21 लाख रुपया उन्होंने जी चल अचल जायदाद सी, तो उदू बाद हुण जिहड़ी आ हुण करोड़ों दे विच चल गई है, 4-5 करोड़ की चल गई है। सो भाई दाल दे विच कितें ना काला हैगा ही आ, कोई माड़ी मोटी अग होगी तो धूँआ उत्थों निकलता, जिथे अग ही नहीं हो तो उत्थे धूँआ कित्थों निकलना। सो हुण लगता एक भरम भुलेखा यह भी दूर करता विजिलेंस वाले ने भी भाई चाहे बीजेपी की गोद च बह जाओ तो चाहे कितें बह जाओ, जीते
रगड़ा लगना उत्ते लगना ही लगना तो जिते नहीं लगना वक्री गल चाहे कितने बैठा रहे तो उत्ते नहीं लगना। बीजेपी तो चोन लड़ी सी बीबी सतकार कौर 2022 दे जिते बाकी हारे से उत्ते ये भी हार गई सी कोई गलबात बनी नहीं सी। हुण गल करिए ट्रैवल एजेंटा दे बहुत ये बहुत देर पहला गल हुई सी तो कहिंदे भी हौली हौली असी ये बहुत बड़े पद्धर ते सिकंजा कस रहे हैं तो कसिया भी हैगा ट्रैवल एजेंटा दे। उन्हां दा कहना सी भी असी एक रजिस्टर्ड जिहड़े ट्रैवल एजेंट आ उही कम कर सकणगे जिन्हां दा सरकार कोल रिकॉर्ड होएगा ये चंगी गल सी। पर दूजे पासे एक होर लुट दा केंद्र जिहड़े पंजाब दे विच बणे सी थां थां ते जिवें ना जदों आह प्रॉपर्टियां दे रेट वधे सी जिन्हें कदे नौ महीने कट्टे सी तो वह भी प्लाट कटता फिरदा है। इवें ही आईलैट्स वाले जिहड़ा कदे आपदी अंग्रेजी जो कंपार्टमेंट सी ते अगले आईलैट्स दे सेंटर खोली बैठे सीगे किते देख लो आपां देखदे सीगे एक बस अड्डे की फोटो सी जिथे लिखिया हुंदा कि आ बस इत्थों इत्थे जाणी आ उत्थे सारे आईलैट्स वालिआं दे बोर्ड लगे हुए सीगे। सो उते 703 आईलैट्स सेंटर जिहड़े आ उहनां दी बनाईआं लिस्ट पंजाब सरकार ने 703 आईलैट्स सेंटर दे हुण उहनां ते कारवाई जिहड़ी आ उह कीती जाणी आ आईलैट्स सेंटर दे उपर। सो ये भी एक बड़ा वड्डा कह सकते माफिया ज बहुत पैसा दुनिया ने कमाया बहुत पैसा ये चो भी कमाया बार NRI रिश्ते कराने वाले से दुनिया ने बड़ा पैसा कमाया ठगियां बहुत मारिया एजेंटा ने बहुत ठगियां मारिया बहुत ज़्यादा माहौल सीगा आप देखे ही आ पिछे जो भी जिक्र किया हूँ तो अगे 25-30 लाख की गल करते हूँ तो 40-50 लाख पर परसन हैगा तो बंदे हजे भी उत्थे बैठे ने कहते भाजी 50 का भी 70 लग जाए बंदा टकराओ कोई दसो उनको भी सही तरीके करो कुछ पढ़ाई लिखाई करो ऑनलाइन आपे पेपर भरो तो आपका आ जाओ इदा बंदा लभ के जोड़ा आने फिर वो पता ही है भी किदा आते कि नहीं आते बहुत सारा पंगा पीता कल काफ़ी आनिया शुरू हो गई पर आप अगले सैगमेंट तो बाद ही कल लाँगा मैं बेनती करदा। अच्छा एक कोई बंदा जो है ना कोई कहे भी चोर चोरी खड़ करता मान लो रंगे हथी फड़ लिया उन्हें कहना ही है लोगों ने चोर चोर तो वह कहे नहीं देखो खबरदार जो मैंने चोर क्या। इवें लारेंस बिश्नोई साहब का बयान आया भी मैनू कोई गैंगस्टर ना कहे गैंगस्टर ना कहे तो होर की हूँ तुम्हें कोई साइंसदान कह दिए या मास्टर जी कह दिए की कह। सो वो कहें भी गैंगस्टर तो पता नहीं क्यों उन्होंने एलर्जी इन्नी गैंगस्टर कोई ना कहे पर भाई कम जे थोड़े है लारेंस साहब काम तो थोड़े सामने ही है सलमान खान को शरेआम वीडियो धमकियां दिने एम करना जों करना तो बाकी होर भी करते हो एडे एडे कांड जोड़े हुए ने सामने सारे है तो फिर भी भाई होर की कह पुलिस मीडिया वाले उन्होंने कहा मैंने गैंगस्टर जो लिखते हो वो ना लिखो तो कोई नवा ना भाई लभ लैन हूँ मीडिया वाले तो फिर ये काम सूत आजूगा नवे ना के नाल उदो फिर गलबात कर लैन ये सारे मीडिया वाले तो पर सोशल मीडिया का तो वाकई एक बहुत ही ज़्यादा बुरा हाल बहुत ही ज़्यादा गलत खबर बहुत पेश करते हैं आपू जी खबर आप सट्टे देखते हैं वो सही लगती है बाद खबर का दूजा पक्ष जो कोई होर निकलता ये एक नहीं दो नहीं हज़ार खबर यहोजी सामने आईया हज़ार खबर एक पक्ष देख के असी ज्यों फिर कमेंटा की झड़ी लाते लोग मैं तो खैर नहीं कदम करता कुरदा इदा ना इन्हों पंगे पैना तो ना कंट्रावर्सी पैना फिर ज्यों लोग शुरू होंगे ने थले कमेंटा की झड़ी लगती है फिर जो दूजे पास वाले का पक्ष आता फिर वो पक्ष के लग जाते हैं धड़ा धड़ कमेंट करा धड़ नकली धड़ा धड़ असली कमेंट कर। सो भाई कमेंटा वाली जी सोशल मीडिया की गल है ये तो वाकई कोई ना कोई हल चाहिए पर हल हो कुछ नहीं सकता वो भारत के मुताबिक और ये चीज़ा सिर्फ भारत में ही कह लिए इंडिया या फिर सिर्फ पंजाब के ज़्यादा इंडिया भी हो सकता हूँ साडा वाहबू वास्ता ना पिया हो किसी होर स्टेट के नाल ते जरूर हो सकता पर पंजाब दे विच तां ये चीज़ इन्नी कु हैगी आ इन्ना कु हर बंदा मीडिया वाला बनया पिया एक वह जिहड़ी है प्रोनाउंसिएशन जिहनूं असीं कह दिंदे आ बोलण दा हर प्रॉपर पंजाबी शब्द जिहड़े ते मेरे भी कई बार हो सकदा सही ना बोलदा होवां जिहड़ी बिंदियां हुंदियां ने खक्खे दे पैर च किते कुछ हुंदी शख्सियत शख्सियत खखे के पैर च बिंदी रामूवालिया साहब कितने चीफ गेस्ट सके बलवंत सिंह रामूवालिया तो उत्थे जी बीबी पढ़ रही थी तो उन्होंने कहा भी साढ़े महान शख्सियत शख्सियत जी हैगी
ਰਾਮੂ ਵਾਲੇ ਸਾਹਿਬ ਆਏ ਨੇ ਭਾਸ਼ਣ ਦੇਣਗੇ ਅਤੇ ਰਾਮੂ ਉਹਨਾਂ ਨੇ ਬੀਬੀ ਸਾੜੀ ਲਾਈ ਸੀ ਅਤੇ ਬਿੰਦੀਆਂ ਵਾਹਵਾ ਲਾਈਆਂ ਸੀ ਅਤੇ ਰਾਮੂ ਵਾਲੀਆ ਸਾਹਿਬ ਕਹਿੰਦੇ ਭਾਸ਼ਣ ਤੋਂ ਪਹਿਲਾਂ ਬੀਬੀ ਜਿੰਨੀਆਂ ਬਿੰਦੀਆਂ ਤੂੰ ਮੱਥੇ 'ਤੇ ਲਾਈਆਂ ਇੱਕ ਅੱਧੀ ਲਾ ਕੇ ਮੇਰੇ ਸ਼ਖਸੀਅਤ ਦੇ ਖੱਖੇ ਦੇ ਪੈਰ 'ਚ ਲਾ ਦਿੰਦੀ ਅਤੇ ਕਹਿੰਦਾ ਮੇਰਾ ਹੋਰ ਮਾਣ ਵੱਧ ਜਾਂਦਾ। ਸੋ ਇਹ ਹੋ ਜਾਂਦਾ ਮੈਂ ਕਈ ਵਾਰੀ ਕਈ ਬੰਦੇ ਸਾਡੇ ਇੱਕ ਬੰਦਾ ਸੀ ਪੜ੍ਹਦਾ ਹਾਂ ਮੀਡੀਆ ਦਾ ਐਂਕਰ ਸੀ ਉਹ ਦਿਵਸ ਨਹੀਂ ਕਹਿ ਸਕਦਾ ਸੀ ਆਜ਼ਾਦੀ ਦਿਵਸ ਉਹ ਦਿਸਵ ਕਹਿੰਦਾ ਸੀ ਕੋਈ ਜਿੱਦਾਂ ਫੌਜੀ ਕਹਿਣਾ ਫੌਜੀ ਚੋਲ ਨੌਜਵਾਨ ਇਹਦਾ ਕਈਆਂ ਦਾ ਉਹ ਪੱਕਿਆ ਹੁੰਦਾ ਉੱਦਾਂ ਹੀ ਰਹਿੰਦਾ। ਸੋ ਪੰਜਾਬ ਦੇ ਮੀਡੀਆ ਦੇ ਵਿੱਚ ਵੀ ਇਸ ਤਰ੍ਹਾਂ ਦਾ ਬਹੁਤ ਕੁਝ ਦੇਖਣ ਨੂੰ ਮਿਲਦਾ। ਅਸੀਂ ਇੱਕ ਦੋ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਹਰ ਵਾਰ ਤਕਰੀਬਨ ਕਈ ਜਦੋਂ ਵੀ ਗੱਲ ਕਰੀਏ ਕਈ ਵਾਰੀ ਨਹੀਂ ਵੀ ਹੁੰਦੀਆਂ ਖਬਰਾਂ ਕਰਦੇ ਆਪਾਂ ਮਹਿੰਗੀਆਂ ਚੀਜ਼ਾਂ ਯਕੀਨ ਨਹੀਂ ਹੁੰਦਾ ਵੀ ਇਹ ਚੀਜ਼ ਇੰਨੀ ਮਹਿੰਗੀ ਹੋਊ ਚੌਲ ਆਪਣੇ ਇੰਨੇ ਹੁੰਦੇ ਨੇ ਚੌਲ ਪੰਜਾਬੀ ਬਹੁਤ ਘੱਟ ਖਾਂਦੇ ਨੇ ਉਵੇਂ ਮਤਲਬ ਚੌਲਾਂ ਦੇ ਜੋਕ ਵੀ ਬਣੇ ਨੇ ਵੀ ਚੌਲ ਖਾਂਦੇ ਇਹ ਫਲਾਨਾ ਕਰਦੇ ਆ ਲੋਕਾਂ ਨੂੰ ਕਿਸੇ ਨੂੰ ਕਹਿੰਦੇ ਕੁਛ ਕਹਿੰਦੇ ਕੁਛ ਕਹਿੰਦੇ ਅਤੇ ਚੌਲ ਸਸਤੇ ਵੀ ਆ ਅਤੇ ਸੌਖੇ ਵੀ ਆ ਬਣਾਉਣੇ ਬੜਾ ਹੈ ਨਹੀਂ ਵੀ ਰੱਖਦੇ ਉੱਬੜ ਮੇ ਰੱਖਦੇ ਮੁੜ ਕੇ ਦਾਲ ਦੂਲ ਜਿਹੜਾ ਖਾ ਲਓ ਜਿੱਦਾਂ ਖਾਣੇ ਖਾ ਲਓ। ਪਰ ਜੇ ਅਸੀਂ ਇਹ ਕਹੀਏ ਕਿ ਚੌਲ ਹੀ 1,100 ਰੁਪਏ ਨੂੰ ਕਿਲੋ ਹੈਗੇ ਨੇ ਘੱਟੋ ਘੱਟ ਤਾਂ ਇਹ ਤਾਂ ਕੰਮ ਔਖਾ। ਇਹ ਚੌਲ ਨੇ ਜੀ ਸਾਊਦੀ ਅਰਬ ਦੇ ਚੌਲ ਆ ਇਹ ਰੈੱਡ ਰਾਈਸ ਅਤੇ ਇਹਦਾ ਅਸਲੀ ਨਾਮ ਹੈਗਾ ਹਿਸਾਵੀ ਰਾਈਸ ਕਹਿੰਦੇ ਇਹਨਾਂ ਨੂੰ ਹਿਸਾਵੀ ਰਾਈਸ। ਇਹ 50 ਸਾਊਦੀ ਰਿਆਲ ਦੇ 1 ਕਿਲੋ ਆਉਂਦੇ ਨੇ ਔਰ ਇਹ ਸਵਾਦ ਕਹਿੰਦੇ ਬਹੁਤ ਪਾਉਂਦੇ ਨੇ ਸਾਊਦੀ ਅਰਬ ਵਿੱਚ ਬਿਰਿਆਨੀ ਜਿਹੜੀ ਆ ਅਮੀਰ ਲੋਕ ਇਹਦੀ ਸਾਊਦੀ ਅਰਬ 'ਚ ਅਮੀਰ ਹੀ ਹੋਣੇ ਸਾਰੇ ਆ ਮੇਰੇ ਵਰਗਾ ਕਿਹੜਾ ਹੋਣਾ ਉੱਥੇ ਸੇਖ ਅਮੀਰ ਹੀ ਹੁੰਦੇ ਆ। ਬਿਰਿਆਨੀ ਇਹਦੀ ਬਹੁਤ ਵਧੀਆ ਬਣਦੀ ਆ ਸਾਊਦੀ ਅਰਬ ਦੇ ਲੋਕ ਬਿਰਿਆਨੀ ਇਹਦੀ ਬੜੇ ਸਵਾਦ ਨਾਲ ਖਾਂਦੇ ਨੇ ਅਤੇ ਇਹਦੀ ਖਾਸੀਅਤ ਇਹ ਹੈ ਇਹ ਵੀ ਜਿਵੇਂ ਅਸੀਂ ਪੰਜਾਬ ਵਾਲਾ ਝੋਨਾ ਵੀ ਕਹਿੰਦੇ ਵੀ ਐਤਕੀ ਗਰਮੀ ਜ਼ਿਆਦਾ ਵੀ ਝਾੜ ਵਧੂਗਾ ਇਹਦਾ ਵੀ ਇਹੀ ਹੈ ਕਿ ਗਰਮੀ ਦੇ ਵਿੱਚ ਜ਼ਿਆਦਾ ਹੁੰਦਾ ਗਰਮੀ 'ਚ ਬੀਜਿਆ ਜਾਂਦਾ ਭਾਰ ਗਰਮੀ 'ਚ ਅਤੇ ਨਵੰਬਰ ਦਸੰਬਰ 'ਚ ਇਹਦੀ ਕਟਾਈ ਹੁੰਦੀ ਹੈ ਉਦੋਂ ਬਾਅਦ ਇਹਨੂੰ ਵੇਚਿਆ ਜਾਂਦਾ ਅਤੇ ਹੈ ਇਹ ਵੀ ਪੰਜਾਬ ਵਾਲੇ ਝੋਨੇ ਵਾਂਗੂ ਪਾਣੀ ਇਹਨੂੰ ਵੀ ਦੇਣਾ ਪੈਂਦਾ ਜਿਹੜਾ ਜਿਹਦੇ ਪਾਣੀ ਥੋੜ੍ਹਾ ਬਹੁਤ ਨਮ ਰਹਿਣੀਆਂ ਚਾਹੀਦੀਆਂ ਜਿਹੜਾ ਤਾਂ ਇਹ ਹੁੰਦਾ ਪਰ ਗਰਮੀ ਦੇ ਵਿੱਚ ਕਹਿੰਦੇ ਇਹਦਾ ਝਾੜ ਬਹੁਤ ਹੁੰਦਾ। ਇਹ 50 ਰਿਆਲ ਜਿਹੜੇ ਹੁੰਦੇ ਆ ਅਮਰੀਕੀ ਸਾਊਦੀ ਅਰਬ ਦੇ ਉਹਦਾ ਹੈਗਾ ਰੈੱਡ ਕੀ ਕਹਿੰਦੇ ਹੁੰਦੇ ਆ ਰੈੱਡ ਰਾਈਸ ਵੀ ਇਹਨਾਂ ਨੂੰ ਕਹਿੰਦੇ ਆ। ਸੋ ਇਹ ਬਹੁਤ ਮਹਿੰਗੇ ਚੌਲ ਨੇ ਜੀ ਕਿਤੇ ਸਾਊਦੀ ਅਰਬ ਜਾਓ ਅਤੇ ਕਿਸੇ ਰੈਸਟੋਰੈਂਟ ਤੋਂ ਪੁੱਛੋ ਭਾਈ ਵੀ ਰੈੱਡ ਰਾਈਸ ਹੈਗੇ ਆ ਅਤੇ ਖਵਾ ਤਾਂ ਬਣਾ ਕੇ ਬਿਰਿਆਨੀ ਤਾਂ ਦੇਖਿਓ ਫਿਰ ਸਵਾਦ ਹੁੰਦਾ ਕਿ ਨਹੀਂ ਹੁੰਦਾ ਪਰ ਇਹ ਹੈ ਕਾਫੀ ਮਹਿੰਗੇ ਨੇ ਆਮ ਬੰਦਾ ਨਹੀਂ ਖਾ ਸਕਦਾ ਇਹ ਤਾਂ ਕਹਿੰਦੇ ਜੀ ਜੇ ਬਹੁਤੇ ਅਮੀਰ ਬੰਦੇ ਨੇ ਵੀ ਕਿਸੇ ਨੇ ਖਾਣੇ ਹੋਣ ਤੁਹਾਨੂੰ ਸੋਚਣਾ ਹੀ ਪਊਗਾ ਵੀ ਇੰਨੇ ਮਹਿੰਗੇ ਯਾਰ ਚੌਲ ਖਾ ਕੇ ਤਾਂ ਜਾਣਾ ਕਿੱਥੇ ਆ ਹਾਂ ਕੋਈ ਨਹੀਂ ਦੂਜੇ ਲੈ ਯਾਰ ਛੱਡ ਇਹ ਦੂਜੇ ਵਧੀਆ ਬਣਾ ਦੀ ਮਾੜੇ ਜਾ। ਸੋ ਇਹ ਚੌਲਾਂ ਦੀ ਗੱਲ ਕਰ ਲਈਏ ਅਤੇ ਨਾਲ ਦੀ ਨਾਲ ਮਹਿੰਗੀ ਚੌਕਲੇਟ ਦੀ ਗੱਲ ਕਰੀਏ। ਚੌਕਲੇਟ ਕੀ ਹੁੰਦਾ ਆਪਾਂ ਪਿੰਡਾਂ 'ਚ ਨਿਆਣੇ ਨੂੰ ਵਰਾਉਣਾ ਹੋਵੇ ਜਾਂ ਕਿਤੇ ਜਾਣਾ ਹੋਵੇ ਤਾਂ ਬੰਦਾ ਚੌਕਲੇਟ ਲੈ ਜਾਂਦਾ। ਅੱਜ ਕੱਲ੍ਹ ਤਾਂ ਮਾਵਾਂ ਜਿਹੜੀਆਂ ਬਹੁਤ ਧਿਆਨ ਰੱਖਦੀਆਂ ਚੌਕਲੇਟ ਵਗੈਰਾ ਬੱਚੇ ਨੂੰ ਨਹੀਂ ਦਿੰਦੀਆਂ ਬਾਹਲਾ ਕਦੇ ਕਦੇ ਮਾੜਾ ਮੋਟਾ ਦੇ ਦਿੰਦੀਆਂ ਡਾਕਟਰ ਜਿਸ ਤਰ੍ਹਾਂ ਸੁਜੈਸਟ ਕਰਦੇ ਨੇ ਉਸ ਤਰ੍ਹਾਂ ਹੁੰਦਾ ਪਰ ਪਿੰਡਾਂ ਦੇ ਵਿੱਚ ਕੋਈ ਨਹੀਂ ਹੁੰਦਾ ਸੀ ਪਿੰਡਾਂ ਵਿੱਚ ਤਾਂ ਕਿੱਥੇ ਲੱਭਦੀ ਸੀ ਚੌਕਲੇਟ ਅਤੇ ਚੌਕਲੇਟ ਜਿਹੜੀ ਮਹਿੰਗੀ ਤੋਂ ਮਹਿੰਗੀ ਵੈਸੇ ਤਾਂ 5-10 ਰੁਪਈਏ ਤੋਂ ਲੈ ਕੇ ਜਾਂ ਇੱਧਰ $1-2 ਤੋਂ ਲੈ ਕੇ 10-10, 20-20, 50-50 ਡਾਲਰ ਤੱਕ ਦੀਆਂ ਚੌਕਲੇਟਾਂ ਹੈਗੀਆਂ ਪਰ ਇੱਕ ਚੌਕਲੇਟ ਜਿਹੜੀ ਹੈ ਸਭ ਤੋਂ ਮਹਿੰਗੀ ਉਹ ਹੈਗੀ ਹੈ ਜੀ ਚੌਕਲੇਟ ਤੁਸੀਂ ਦੇਖ ਲਓ ਪਹਿਲਾਂ ਇਹ ਚੌਕਲੇਟ ਹੈ ਜੀ ਇਹਦਾ ਨਾਂ ਲੀ ਚਾਕੋਲੇਟ ਬਾਕਸ ਜਿਹੜਾ ਹੈਗਾ ਇਹ ਹੈ ਇਹ ਚੌਕਲੇਟ ਕਿੰਨੇ ਦੀ ਹੋਊਗੀ ਜੀ ਆਪਾਂ ਕਹਿ ਸਕਦੇ ਹਾਂ 5-7 ਹਜ਼ਾਰ ਰੁਪਈਏ ਦੀ ਹੋਊਗੀ 2-3 ਹਜ਼ਾਰ 5-7-10 ਹਜ਼ਾਰ ਦੀ ਨਾ ਜੀ ਨਾ ਇਹ ਚੌਕਲੇਟ ਦਾ ਬਾਕਸ ਹੈ ਜੀ ਬਾਕਸ ਜਿਹੜਾ 12 ਕਰੋੜ ਰੁਪਈਏ ਦਾ 12 ਕਰੋੜ ਪਰ 12 ਕਰੋੜ ਦੇ ਵਿੱਚ ਹੁਣ ਦੇਖੋ ਕੌਣ ਲੈਂਦਾ ਹੋਊ ਇਹ ਬਾਕਸ ਕੋਈ ਆਮ ਬੰਦਾ ਲੈ ਸਕਦਾ 12 ਕਰੋੜ ਦੀ ਤਾਂ ਮੇਰੇ ਖਿਆਲ ਬਹੁਤ ਮਹਿੰਗੀ ਗੱਡੀ ਜਿਹੜੀ ਹੈਗੀ ਆ ਕੋਈ ਤਕੜੀ ਗੱਡੀ ਸਭ ਤੋਂ ਉਹ ਆ ਜਾਣੀ ਹੋਣੀ 12 ਕਰੋੜ 'ਚ ਇੰਡੀਆ 'ਚ ਪਰ ਇਹ ਬਾਕਸ ਦੇ ਵਿੱਚ ਚੌਕਲੇਟਾਂ ਦੇ ਨਾਲ ਇੱਕ ਰਿੰਗ ਹੁੰਦੀ ਹੈ ਜੀ ਇੱਕ ਨੈਕਲੈਸ ਹੁੰਦਾ ਈਅਰ ਰਿੰਗ ਹੁੰਦੇ ਆ ਡਾਇਮੰਡ ਦਾ ਸਾਰਾ ਕੁਛ ਅਤੇ ਨਾਲ ਇੱਕ ਬ੍ਰੈਸਲੈਟ ਹੁੰਦਾ ਇਹ ਜਾਣੀ ਕਿ ਨਾਲ ਹੈਗੇ ਤਾਂ ਸਿੱਧਾ ਹੀ ਕਹਿ ਦਿਓ ਵੀ ਭਾਈ ਇਹ ਗਹਿਣੇ ਖਰੀਦਣ ਚੱਲੇ ਹਾਂ ਅਤੇ ਨਾਲ ਚੌਕਲੇਟਾਂ ਫਰੀ ਮਿਲਣਗੀਆਂ ਮੂੰਹ ਮਿੱਠਾ ਕਰਨ ਲਈ ਵੀ ਲੈ ਆਏ ਹਾਂ ਪਰ ਇਹ ਮੁੱਲ ਚੌਕਲੇਟਾਂ ਦਾ ਉਹ ਵੱਖਰੀ ਗੱਲ ਹੈ ਵੀ ਦੂਜੇ ਜਿਹੜੇ ਹੈਗੇ ਨੇ ਗਹਿਣੇ ਨਾਲ ਇਹਦੇ ਮਿਲ ਜਾਂਦੇ ਨੇ। ਹਾਂਜੀ ਹੁਣ ਗੱਲ ਕਰ ਲਈਏ ਜੀ ਬੈਂਗਲੌਰ ਦੇ ਵਿੱਚ ਟ੍ਰੈਫਿਕ ਕਹਿੰਦੇ ਬਹੁਤ ਰਹਿੰਦੀ ਆ
ਅੱਜ ਮੈਂ ਵੀ ਸਵੇਰੇ ਸਨ ਫਰਾਂਸਿਸਕੋ ਗਿਆ ਸੀਗਾ ਏਅਰਪੋਰਟ ਨੂੰ ਜਾਣਾ ਸੀਗਾ ਅਤੇ ਰਸਤਾ ਆਮ ਤੌਰ 'ਤੇ ਡੇਢ ਘੰਟੇ ਦਾ ਹੈਗਾ 90-92 ਮੀਲ ਪੈਂਦਾ ਸਵੇਰੇ ਗਿਆ ਅਤੇ ਟ੍ਰੈਫਿਕ ਮੈਨੂੰ ਲੱਗੇ 3.5 ਘੰਟੇ ਟ੍ਰੈਫਿਕ ਪਤਾ ਜਿਹੜੇ ਜਾਂਦੇ ਉਹਦੇ ਬੰਦੇ ਆ ਰੋਜ਼ ਜਾਣ ਵਾਲੇ ਉਹਨਾਂ ਨੂੰ ਪਤਾ ਕਿੰਨੇ ਵਜੇ ਘੱਟ ਹੁੰਦੀ ਹੈ ਅਤੇ ਕਿਹੜਾ ਰਸਤਾ ਹੁੰਦਾ ਜਿੱਥੇ ਨਹੀਂ ਹੁੰਦੀ ਤਾਂ ਪਰ ਬੈਂਗਲੌਰ ਦੇ ਵਿੱਚ ਵੀ ਕਹਿੰਦੇ ਇਸੇ ਤਰ੍ਹਾਂ ਟ੍ਰੈਫਿਕ ਲੱਗਦੀ ਆ ਫਿਰ ਲੋਕ ਕੀ ਕਰਦੇ ਨੇ ਕਿ ਜਿੱਥੇ ਟ੍ਰੈਫਿਕ ਰੋਕੀ ਜ਼ਿਆਦਾ ਅਤੇ ਉੱਥੇ ਆਪਣਾ ਕੋਈ ਲੈਪਟੋਪ ਖੋਲ੍ਹ ਕੇ ਕੁਝ ਫੋਨ 'ਤੇ ਈਮੇਲਾਂ ਕਰਨੀਆਂ ਕੁਛ ਕਰਨਾ ਕੰਮ ਕਰਨਾ ਆਰਾਮ ਨਾਲ ਗੱਡੀ ਲਾ ਕੇ ਅਤੇ ਉਹ ਕਰੀ ਜਾਂਦੇ ਨੇ ਕੋਈ ਆਫਿਸ ਦਾ ਕੰਮ ਵੀ ਕਹਿੰਦੇ ਇੱਕ ਬੀਬੀ ਉੱਥੇ ਦੇਖੀ ਸੀ ਉਹ ਆਪਦੀ ਸਕੂਟਰੀ 'ਤੇ ਜਾ ਰਹੀ ਸੀ ਬਾਈਕ 'ਤੇ ਅਤੇ ਉਹ ਉੱਥੇ ਬੈਠੀ ਆਰਾਮ ਨਾਲ ਸਟੈਂਡ 'ਤੇ ਲਾ ਕੇ ਅਤੇ ਲੈਪਟੋਪ ਖੋਲ੍ਹਿਆ ਹੋਇਆ ਤਾਂ ਉਹਨੂੰ ਕਹਿੰਦੇ ਵੀ ਕੀ ਕਰਦੇ ਕਹਿੰਦੀ ਮੈਂ ਆਫਿਸ ਦਾ ਕੰਮ ਕਰਦੀ ਆਪਣੇ ਜਾਮ ਦਾ ਤਾਂ ਪਤਾ ਖੁੱਲ੍ਹੋ ਕਦੋਂ ਨਾ ਖੁੱਲ੍ਹੇ ਮੈਂ ਲਾਹਾ ਲੈ ਰਹੀ ਹਾਂ ਟਾਈਮ ਦਾ ਟਾਈਮ ਪਹੁੰਚਾ ਰਹੀ ਹਾਂ ਉਹ ਵੀ ਚਲੋ ਛੱਡੋ ਇੱਕ ਬੀਬੀ ਕਾਰ 'ਚ ਆ ਰਹੀ ਸੀ ਟ੍ਰੈਫਿਕ ਲੱਗ ਗਈ ਬੰਗਲੌਰ ਦੇ ਵਿੱਚ ਉਹਨੇ ਕੰਮ ਕਿਹੜਾ ਕੀਤਾ ਆਹ ਫੋਟੋ ਦਿਖਾ ਰਹੇ ਤੁਹਾਨੂੰ ਇਹ ਕਾਰ ਦੀ ਸੀਟ ਆ ਉੱਥੇ ਸੱਜੇ ਪਾਸੇ ਸਟੇਅਰਿੰਗ ਹੈ ਖੱਬੇ ਪਾਸੇ ਵਾਲੀ ਸੀਟ ਆ ਜੀ ਮੋਰਲੀ ਕਾਰ ਦੀ ਇਹਦੇ 'ਤੇ ਪਏ ਨੇ ਮਟਰ ਉਹ ਕਹਿੰਦੇ ਵੀ ਕਿਹੜਾ ਘਰ ਜਾ ਕੇ ਹੁਣ ਟਾਈਮ ਲੱਗਣਾ ਮੈਂ ਹੁਣ ਦਫ਼ਤਰੋਂ ਚੱਲੀ ਹਾਂ ਇੱਥੇ ਘੰਟਾ ਲੱਗ ਜਾਣਾ ਉਡੀਕਦੀ ਰਹੀ ਉਹਨੇ ਆਰਾਮ ਨਾਲ ਆਪਣੇ ਮਟਰਾਂ ਦੀ ਉਹ ਖੋਲ੍ਹੀ ਜਿਹੜਾ ਬੈਗ ਜਿਹਾ ਲਿਫਾਫਾ ਪੋਲੀਥੀਨ ਦਾ ਅਤੇ ਉਹ ਬੈਠੀ ਬੈਠੀ ਨੇ ਮਟਰ ਸਾਰੇ ਕੱਢਤੇ ਚਲੋ ਇਹ ਹੁਣ ਜਾਮ ਜਾਮ ਦੇ ਵਿੱਚ ਹੀ ਹੁਣ ਹੋਰ ਨਾ ਹੋਵੇ ਵੀ ਆਉਣ ਵਾਲੇ ਸਮੇਂ 'ਚ ਭਾਈ ਉਹ ਤਾਂ ਜਾਮ ਲੱਗਿਆ ਸੀ ਉਹ ਤਾਂ ਸਵੈਟਰ ਬੁਣ ਲਿਆ ਮੈਂ ਉੱਥੇ ਇੰਨਾ ਟਾਈਮ ਲੱਗ ਗਿਆ ਜਾਮ ਦੇ ਵਿੱਚ ਜਾਮ ਖੈਰ ਬੰਗਲੌਰ ਦੇ ਵਿੱਚ ਲੱਗਦੇ ਨੇ ਅਤੇ ਬੀਬੀ ਨੇ ਮਟਰ ਕੱਢ ਲਏ ਨੇ ਅਤੇ ਆਲੂ ਜਾ ਕੇ ਦੋ ਕੱਟਣੇ ਘਰੇ ਅਤੇ ਚਲੋ ਸਬਜ਼ੀ ਤਿਆਰ ਜੀ ਇਹ ਜਾਮ ਲੱਗੇ ਦਾ ਇਹ ਫਾਇਦਾ ਹੋ ਜਾਂਦਾ ਜਾਮ ਵੈਸੇ ਜਦੋਂ ਲੱਗਦੇ ਨੇ ਬਹੁਤ ਲੱਗਦੇ ਨੇ ਆਪਾਂ ਨੂੰ ਪਤਾ ਬਾਹਰਲੇ ਮੁਲਕਾਂ 'ਚ ਵੀ ਬਹੁਤ ਲੱਗਦੇ ਨੇ ਹੁਣ ਅਸੀਂ ਗੱਲ ਕਰ ਲੈਂਦੇ ਹਾਂ ਜੀ ਇੱਕ ਅਮੀਰ ਜਿਵੇਂ ਕਹਿੰਦੇ ਆ ਜਦੋਂ ਰੱਬ ਦਿੰਦਾ ਛੱਪਰ ਫਾੜ ਕੇ ਦਿੰਦਾ ਚਲੋ ਕਈ ਵਾਰ ਬਹੁਤ ਲਾਟਰੀ ਨਿਕਲ ਜਾਂਦੀ ਬਹੁਤ ਵੱਡੀ ਇਸ ਭਾਈ ਸਾਹਿਬ ਦੀ ਵੀ ਲਾਟਰੀ ਨਿਕਲੀ ਹੈ $5 ਮਿਲੀਅਨ ਦੀ ਕਲੋਰਾਡੋ ਦੇ ਵਿੱਚ ਲਾਟਰੀ $5 ਮਿਲੀਅਨ ਦੀ ਨਿਕਲੀ ਹੈ ਗਰੀਬ ਸੀ ਪਹਿਲਾਂ ਬਹੁਤ ਮੈਂ ਗਰੀਬ ਤਾਂ ਖੈਰ ਇੱਧਰ ਕੰਮ ਕੁੰਮ ਕਰਨ ਵਾਲੇ ਬੰਦੇ ਨਹੀਂ ਗੌਰਮੈਂਟ ਵੀ ਪੈਸੇ ਦੇਈ ਜਾਂਦੀ ਹੈ ਠੀਕ ਠਾਕ ਸੀ ਦੋਨੋਂ ਪਰਿਵਾਰ ਪਤੀ ਪਤਨੀ ਰਹਿੰਦੇ ਸੀ ਚਲੋ ਲਾਟਰੀ ਨਿਕਲਾ ਹੀ ਰਾਤੋਂ ਰਾਤ ਅਮੀਰ ਹੋ ਗਏ ਚੰਗੀ ਗੱਲ ਹੈ ਉਹਨੂੰ ਪੁੱਛਿਆ ਗਿਆ ਜਦੋਂ ਕਮਾਲ ਦੀ ਗੱਲ ਜਿਹੜੀ ਹੈ ਪੁੱਛਿਆ ਗਿਆ ਕਿ ਭਾਈ ਤੂੰ ਸਭ ਤੋਂ ਪਹਿਲਾਂ ਪੈਸੇ ਇਹਦੇ ਲਾਟਰੀ 'ਚੋਂ ਕਿੱਥੇ ਖਰਚੇਗਾ ਆਪਣੇ ਪੰਜਾਬ 'ਚੋਂ ਵੀ ਹੁਣ ਉਹ ਮੁੰਡਾ ਕਰੋੜਪਤੀ ਬਣਿਆ ਉਹਨੂੰ ਪੁੱਛਿਆ ਵੀ ਕਿੱਥੇ ਖਰਚੇਗਾ ਕਿਸੇ ਨੂੰ ਪੁੱਛਦੇ ਆ ਲਾਟਰੀ ਨਿਕਲੀ ਤੂੰ ਕਿੱਥੋਂ ਖਰਚ ਕਿੱਥੇ ਖਰਚੇਗਾ ਤਾਂ ਕੋਈ ਕਹਿੰਦਾ ਮੈਂ ਧਾਰਮਿਕ ਸਥਾਨ 'ਤੇ ਜਾਊਂਗਾ ਕੋਈ ਕਹਿੰਦਾ ਮੈਂ ਸਕੂਲ ਬਣਵਾਊਂਗਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਸਾਰੇ ਆਪੋ ਆਪਣੇ ਹਿਸਾਬ ਦੇ ਨਾਲ ਜਵਾਬ ਦੇ ਦਿੰਦੇ ਆ ਵੀ ਮੈਂ ਲਾਟਰੀ ਨਿਕਲ ਆਈ ਤਾਂ ਆਹ ਕਰੂੰਗਾ ਅਤੇ ਇਸ ਬੰਦੇ ਲਾਟਰੀ ਨੂੰ ਪੁੱਛਿਆ ਤੂੰ ਕੀ ਕਰੇਗਾ ਕਹਿੰਦਾ ਇਹਦੇ 'ਚੋਂ ਪਹਿਲੀ ਜਿਹੜਾ ਖਰਚਾ ਕਰੂੰਗਾ ਸਭ ਤੋਂ ਉਹ ਮੈਂ ਆਪਣੀ ਵਾਈਫ ਵਾਸਤੇ ਬੰਦਾ ਸੋਚੂਗਾ ਵੀ ਵਾਈਫ ਵਾਸਤੇ ਕੋਈ ਗਹਿਣੇ ਗੁਹਣੇ ਲੈ ਕੇ ਜਾਊ ਬੜਾ ਵੱਡਾ ਤੋਹਫਾ ਲੈ ਕੇ ਜਾਊ ਵਾਈਫ ਵਾਸਤੇ ਕਹਿੰਦਾ ਮੈਂ ਤਰਬੂਜ ਲੈ ਕੇ ਜਾਊਂਗਾ ਦਬਾਣਾ ਅਤੇ ਨਾਲ ਉਹਦੇ ਵਾਲਾਂ 'ਚ ਲਾਉਣ ਵਾਸਤੇ ਫੁੱਲ ਇਹ ਦੋ ਚੀਜ਼ਾਂ ਮੈਂ ਲੈ ਕੇ ਜਾਊਂਗਾ ਫੁੱਲ ਵਾਲਾਂ 'ਚ ਲਾਉਣ ਵਾਸਤੇ ਨਹੀਂ ਵੈਸੇ ਫੁੱਲ ਇਹ ਉਹ ਤਾਂ ਗਜਰਾ ਗੁਜਰਾ ਤੋਂ ਸਾਊਥ ਦੇ ਵਿੱਚ ਲਾਉਂਦੇ ਨੇ ਵਾਲਾਂ 'ਚ ਬਾਹਰਲੇ ਮੁਲਕਾਂ 'ਚ ਕਿੱਥੇ ਲਾਉਂਦੇ ਨੇ ਮਤਲਬ ਫੁੱਲ ਲਿਖਿਆ ਸੀ ਉਹਨਾਂ ਨੇ ਕਿ ਫੁੱਲ ਲੈ ਕੇ ਜਾਊਗਾ ਚੰਗੀ ਗੱਲ ਲਾਟਰੀ ਵੈਸੇ ਹੁੰਦੀ ਆ ਬਹੁਤ ਕਰਮਾਂ ਵਾਲੇ ਬੰਦਿਆਂ ਦੀ ਨਿਕਲਦੀ ਆ ਬਹੁਤ ਸਾਰੇ ਲੋਕ ਪਾਉਂਦੇ ਨੇ ਇਹ ਅੱਛਾ ਹਰ ਵੀਕ ਜਾਂਦਾ ਉੱਥੇ ਕਿ ਜਿੱਥੇ ਇਹਦੀ ਲਾਟਰੀ ਨਿਕਲੀ ਆ ਹਰ ਵੀਕ ਉੱਥੇ ਲਾਟਰੀ ਪਾਉਣ ਜਾਂਦਾ ਸੀਗਾ ਉੱਥੇ ਇਹਦੀ ਲਾਟਰੀ ਨਿਕਲ ਆਈ ਹੈ ਅਤੇ ਆਮ ਤੌਰ 'ਤੇ ਬਹੁਤ ਸਾਰੀਆਂ ਸ਼ਰਤਾਂ ਵੀ ਹੁੰਦੀਆਂ ਲਾਟਰੀ ਦੀਆਂ ਲਾਟਰੀ ਦਾ ਭੁੱਸ ਬਹੁਤ ਲੋਕਾਂ ਨੂੰ ਆ ਮੈਂ ਬਹੁਤ ਲੋਕ ਐਸੇ ਦੇਖੇ ਨੇ ਜਿਹੜੇ ਬਹੁਤ ਸੈਟਲ ਨੇ ਬੜੇ ਵਧੀਆ ਕੰਮ ਕਾਰ ਬਿਜ਼ਨਸ ਬੜੇ ਸੈਟਲ ਨੇ ਪਰ ਇਹ ਭੁੱਸ ਪਿਆ ਹੋਇਆ ਲਾਟਰੀ ਦਾ ਉਹ ਜਾਂਦੇ ਨੇ ਗੱਡੀ ਰੋਕਦੇ ਨੇ 7-11 ਵਗੈਰਾ 'ਤੇ ਇਹ ਮੇਰੇ ਨਾਲ ਹੋਈ ਆ ਬੰਦੇ ਨਾਲ ਕਿਸੇ ਮੈਂ ਜਾ ਰਿਹਾ ਸੀ ਬੜਾ ਤਕੜਾ ਬਿਜ਼ਨਸ ਸੀ ਬੜੀ ਵੱਡੀ ਸਾਰੀ ਗੱਡੀ ਰੱਖੀ ਕਹਿੰਦਾ ਆਈ ਯਾਰ ਰੁਕੀ ਮੈਂ ਕਿਹਾ ਇੱਥੋਂ ਹੁਣ ਕੀ ਲੈਣਾ ਪੁਰਾਣੀ ਗੱਲ ਜਦੋਂ ਇੱਧਰ ਆਉਂਦੇ ਜਾਂਦੇ ਸੀਗੇ ਮੈਂ ਕਿਹਾ ਇੱਥੋਂ ਹੁਣ ਕੀ ਲੈਣਾ ਕਹਿੰਦਾ ਯਾਰ ਬਸ ਆ ਜਾ ਕੋਈ ਨਹੀਂ ਉਹ ਦੇਖਿਆ ਜਾ ਕੇ ਉਹਨੂੰ ਲਾਟਰੀਆਂ ਲੁੱਟਣੇ ਪਾਈਆਂ ਉੱਥੇ ਅਤੇ $100-$150 ਦੀਆਂ ਅਤੇ ਚੱਲ ਮੁੜ ਕੇ ਭਾਈ ਆਪੋ ਆਪਣੇ ਘਰ ਚਲੇ ਗਿਆ ਸੋ ਲਾਟਰੀ ਦਾ ਹੁੰਦਾ ਹੁਣ ਆਖਰੀ ਖਬਰ ਜਿਹੜੀ ਅਸੀਂ ਪੜ੍ਹਦੀ ਹਾਂ ਪੰਜਾਬ ਦੇ ਵਿੱਚ ਸਰਕਾਰ ਹੁਣ ਜ਼ੋਰ ਕਹਿ ਰਹੀ ਆ ਕਿ ਅਸੀਂ ਅਨੋਖੇ ਸਕੂਲ ਬਣਾ ਤੇ ਜਿਹੜੇ ਪੂਰੀ ਦੁਨੀਆ ਦੇ ਵਿੱਚ ਲੋਹਾ ਮੰਨਿਆ ਜਾਊਗਾ ਉਹਨਾਂ ਸਕੂਲਾਂ ਦਾ ਅਨੋਖੇ ਸਕੂਲ ਬਹੁਤ ਕੰਮ ਲੋਕ ਕਰਦੇ ਨੇ ਅਨੋਖੇ ਪਰ ਆਸਾਮ ਦੇ ਵਿੱਚ ਗੁਹਾਟੀ ਦੇ ਵਿੱਚ ਇੱਕ ਅਨੋਖਾ ਸਕੂਲ ਬਣਿਆ ਕਿਸੇ ਜੋੜੇ ਨੇ ਪਤੀ ਪਤਨੀ ਨੇ ਉਹ ਸਕੂਲ ਬਣਾਇਆ ਸੋਸ਼ਲ ਵਰਕਰ ਸੀ ਕੋਈ ਪੈਸਾ ਨਹੀਂ ਕੋਈ ਫੀਸ ਨਹੀਂ ਔਰ ਉਸ ਸਕੂਲ ਦੀ ਫੀਸ ਜਿਹੜੀ ਉਹਨੇ ਰੱਖੀ ਹੈ ਉਹ ਸੁਣਨ ਵਾਲੀ ਹੈ
पंजाब की गल कर लीए तो कोई प्राइवेट स्कूल दे विच बच्चा पढ़ाउणा ते पहला डोनेशन मंगते हैं, फिर हर महीने बिल्डिंग फंड हुंदा, फिर फीसां बहुत हुंदियां, रुपये थब्बियां दे थब्बे उत्थे लगते हैं। इस जोड़े ने रखी फीस कि हर महीने हर हफ्ते 25 खाली बोतलां पेरेंट्स जिहड़े ने जां बच्चा वो खाली बोतलां लिया के स्कूल दे विच जमा कराऊगा, महीने दियां 100 हो गईआं। हुण पंगा ये पै गया, असल दे विच इन्हां ने यह काम इस करके कीता सीगा, जिहड़ा दूजा हैगा स्कूल इस करके बोतलों का कहा सीगा कि गंदगी बहुत, लोग बोतल सुट दिंदे सी, पानी पी के सुटतीआं, उन्हें सफाई दे परपज़ ना स्कूल दे फीस दे तौर ते बच्चों को लेंदे, पर हुण बच्चा जे बोतल लभण चल गया तो पढ़ू कहड़े वेले। एक चंगी गल घर दे जाणगे वी काका तू जा स्कूले, कोई नहीं बोतल असीं इकट्ठियां कर दिंदे आ हफ्ते दे विच 25, कोई बड़ी गल नहीं, बहुत उत्थे आम डिग्गियां मिल जांदियां सीगियां। सो ये अनोखा स्कूल उन्होंने आसाम दे विच किसे कपल ने खोलिया, तो ये यही बोतलों वाला जिहड़ा कंसैप्ट उन्होंने रखिया कि गंदगी साफ जिहड़ी करन वास्ते असीं इह बच्चों दे विच इह धारणा पैदा कर रहे हैं, बच्चों दे विच प्रेरणा जिहड़ी आ उह पैदा कर रहे हैं ताकि गंदगी जिहड़ी आ उह बच जाए। सो हुण आपां ब्रेक लै लैने जी, ब्रेक तो बाद विशा फिलहाल अज अपने कोले बचदा जिहड़ा उह यही बचदा कनेडा वर्स इंडिया, एक किस्म का माहौल उही बनिया पिया जिहड़ा मुख्यमंत्री वर्सज गवर्नर का बनिया हो किसी वेले, तो हुण अगे की हुंदा क्योंकि बयान जिहड़े ने वो सारे आपो अपने तौर पर देई जांदे ने, कोई चंगे देई जा रहा, कोई माड़े देई जा रहा, कोई कुछ कह रहा, कोई कुछ कह रहा। सो तुसीं की कह रहे हो, डिबेट जिहड़ियां देखियां होणगियां, पर तुहाडे विचार जिहड़े आ उह भी जरूरी ने। अज भी असीं नाल गल जिहड़ी इही करांगे कि ट्रूडो साहब ते भारत वर्सज कनेडा, इंडिया वर्सज कनेडा का जिहड़ा इह रौला चलदा, ये एंड रिजल्ट इहदा की हो सकता है, एंड रिजल्ट की हो सकता है, असर की हो सकता है। असर इस करके कि बहुत असी पंजाब की गल कर लीए, खास तौर पर चाहे इंडिया की गल कर लीए, बहुत ज़्यादा डिपेंडेंट है इत्थे आपां कनेडा सरकार दे नाल, बहुत प्लान देना। 7 लाख पंजाबी ने जे तो 8 लाख हिंदू परिवार ने साउथ के जिहड़े कनेडा दे विच हैगे ने। सो वो कहिंदे ने जी हुण हो सकदा उन्हां नूं प्रॉब्लम आ जाए, तो मन मेरा तो इहो जिहा ख्याल नहीं हैगा कि इस तरह की कोई जात पात आधार से प्रॉब्लम आऊगी, उन्होंने सिंपल सिटीजन की गल की है, साडा सिटीजन सीगा, तो इहदा की असर पै सकदा साडे ते, भारत ते, कनेडा ते, या की इहदा हल हो सकदा, ये असीं तुहाडे नाल गल करन दी कोशिश करांगे। 12 मिनट पहलां किसी ने पोस्ट पाई आ फेसबुक ते कि ट्रूडो साहब ने अपने मुल्क दे सिटीजनां नूं जम्मू कश्मीर ते पाकिस्तान दे 10 किलोमीटर घेरे दे विच ते पंजाब गुजरात ते राजस्थान च ना जाण दी सलाह कहिंदी दित्ती है, पर ये मेरा ख्याल नहीं है कि खबर सही होगी। बाकी ट्रूडो साहब ने उन्हां जदों हुण डिप्लोमेट उन्हां दा करिया, उन्होंने भेजिया वापस कह जाण नूं, तो उन्होंने यही द्वारा बयान आया ट्रूडो साहब का कि नहीं साडा कोई उकसाउण दा जां इस तरह कोई मतलब नहीं, पर असीं निजिठण दी सही तरीके नाल अपील जरूर करते हैं दिल्ली वाले सरकार नूं जिहड़ी हैगी आ। सो कालां वाले पासे चलदे आ, गल बाबा वधी होई आ जी। सरदार इंद्रजीत सिंह जी थिंद साहब, सत श्री अकाल जी, बहुत बहुत स्वागत सर। जी सर देखो थोड़ी थोड़ी तसल तो अपनी कनेडा और इंडिया दे काफी देर तो चल रही थी। अच्छा जी, G20 तो बाद ये वधिया आने बाद उसे बेले गई थी जब ट्रूडो साहब गए थे ना पिछली बारी अपना इंडिया। हाँ जी, तो इन्होंने जो वर्तावा करना चाहिए था एक एज ए होस्ट कंट्री उन्हें ही सी किया गया। हाँ जी, तो मन दे विच हुंदा ही है मैं भी एक कंट्री का प्राइम मिनिस्टर हाँ। इंडिया सरकार ने हुण जहाज ऑफर किया, जो जहाज खराब हो G20 तो बाद ने लिया नहीं, कहिंदे नहीं मैं अपने जाऊंगा, मन मुटाव चलता आ रहा सीगा ना जी। ਹੁਣ ਜਿਹੜੀ ਜਹਾਜ਼ ਆਫਰ ਦੀ ਗੱਲ ਵੀ ਆ ਉਹ ਕੋਈ ਆਫੀਸ਼ੀਅਲ ਤਾਂ ਕਿਸੇ ਤੋਂ ਆਈ ਨਹੀਂ ਹਜੇ ਤੱਕ। ਹਾਂਜੀ ਇੱਦਾਂ ਹੀ ਆ ਗੱਲਾਂ ਬਾਤਾਂ, ਹੁਣ ਆਫੀਸ਼ੀਅਲ ਸਟੇਟਮੈਂਟ ਨਹੀਂ ਹੈ ਇਹ। ਹਾਂਜੀ ਨਹੀਂ ਨਹੀਂ
ਤੇ ਉਦਾਂ ਕਹਿੰਦੇ ਵੀ ਆਫਰ ਕੀਤਾ ਸੀਗਾ ਤੇ ਉਹਨਾਂ ਨੇ ਨਹੀਂ ਲਿਆ ਉਹ ਆਪਣੇ ਉੱਥੇ ਹੋਟਲ 'ਚ ਬੈਠੇ ਰਹੇ। ਹਾਂਜੀ ਦਿਲਸੇ ਦਾ ਅਸਰ ਦਾ ਸਵਾਰਨ ਦਾ ਅਸਰ ਜਿਹੜਾ ਟ੍ਰੇਡ 'ਤੇ ਅਸਰ ਤਾਂ ਪੈਣਾ ਪੈਣਾ ਹੈ। ਹਾਂਜੀ ਦੋਵਾਂ ਕੰਟਰੀਆਂ ਦਾ, ਕਿਉਂਕਿ ਅੱਜ ਦੀ ਦੁਨੀਆਂ ਵਿੱਚ ਹਰ ਕੰਟਰੀ ਦੂਸਰੇ ਕੰਟਰੀ ਦੀ ਕਿਸੇ ਨਾ ਕਿਸੇ ਚੀਜ਼ ਲਈ ਡਿਪੈਂਡ ਜ਼ਰੂਰ ਹੈਗਾ। ਬਿਲਕੁਲ ਜੀ। ਔਰ ਜਿੱਥੇ ਤੱਕ ਹੈਗਾ ਕੈਨੇਡਾ ਦਾ ਸਵਾਲ, ਕੈਨੇਡਾ ਦੇ ਜਿਹੜੇ ਤਰੱਕੀ ਦੇ ਵਿੱਚ ਹਿੰਦੁਸਤਾਨੀਆਂ ਦਾ ਖਾਸ ਤੌਰ 'ਤੇ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਜੀ ਚਲੋ ਪੰਜਾਬੀਆਂ ਦੇ ਹੱਕ ਦੀ ਗੱਲ ਉਹਨਾਂ ਨੇ ਕਰਤੀ ਨਾ ਜੀ। ਬਾਕੀ ਵੀ ਹੈਗੇ ਨਾ ਬੰਦੇ ਦੂਸਰੇ ਸਟੇਟਾਂ ਦੇ ਵੀ ਹੈਗੇ ਆ ਜੀ, ਤੇ ਸਾਰਿਆਂ ਦਾ ਬੜਾ ਵੱਡਾ ਯੋਗਦਾਨ ਆ ਜੀ। ਔਰ ਜਿੰਨੇ ਵੀ ਬੰਦੇ ਆਪਾਂ ਇੰਡੀਆ ਛੱਡ ਕੇ ਆਏ ਆ ਉਹ ਇਸ ਕਰਕੇ ਛੱਡ ਕੇ ਆਏ ਕਿ ਉੱਥੇ ਸਾਡੀ ਜਿਹੜੀ ਲਾਈਫ ਸਟਾਈਲ ਸੀ ਉਹ ਬਿਲਕੁਲ ਨਿਕੰਮਾ ਸੀਗਾ, ਤੇ ਇੱਥੇ ਆ ਕੇ ਬਿਹਤਰ ਲਾਈਫ ਸਟਾਈਲ ਬਿਹਤਰ ਜ਼ਿੰਦਗੀ ਮਿਲੀ ਹੈ। ਬਿਲਕੁਲ ਹਾਂਜੀ, ਇਹ ਵੀ ਇੱਕ ਸੱਚਾਈ ਹੈ ਜੀ। ਤੇ ਹੱਲ ਉਸ ਤੋਂ ਬਾਅਦ ਫਿਰ ਕੀ ਹੁੰਦਾ ਕਿ ਦੂਸਰੇ ਕੰਟਰੀ ਆਪਣਾ UNO ਵਿੱਚ ਪੈ ਕੇ ਤਾਂ ਆਪਣਾ ਫੈਸਲਾ ਕਰਵਾ ਦਿੰਦੀ ਹੁੰਦੀ ਆ। ਅੱਛਾ ਜੀ। ਤੇ ਗੱਲ ਆਈ ਗਈ ਹੋ ਜਾਂਦੀ ਹੈ ਜਾਂ UNO ਕੋਈ ਕੋਈ ਇਹਨਾਂ ਨੂੰ ਸੁਜੈਸ਼ਨ ਕਰੇਗੀ। ਅੱਛਾ ਜੀ। ਤੇ ਕੋਈ ਦੂਸਰਾ ਅਮਰੀਕਾ ਵਰਗਾ ਮੁਲਕ ਵਿੱਚ ਪੈ ਕੇ ਤਾਂ ਕਹੂਗਾ ਚਲੋ ਠੀਕ ਹੈ ਯਾਰ ਤੁਹਾਡੀ ਗੱਲਬਾਤ, ਜਿੱਦਾਂ ਆਮ ਪਿੰਡਾਂ 'ਚ ਹੁੰਦਾ ਸਰਪੰਚ ਕਹਿੰਦਾ ਛੱਡੋ ਯਾਰ ਹੋ ਗਈ ਗੱਲਬਾਤ, ਤੁਸੀਂ ਹੁਣ ਆਪਣੇ ਘਰ ਆ ਜੀ ਅਤੇ ਇਹ ਆਪਣੇ ਘਰ ਆ ਜੀ। ਅਤੇ ਸਿੰਧ ਸਾਹਿਬ ਜਿਹੜਾ ਡਿਪਲੋਮੈਟ ਨੂੰ ਇੱਦਾਂ ਸੀਨੀਅਰ ਡਿਪਲੋਮੈਟ ਨੂੰ ਇੱਦਾਂ ਕਹਿਣਾ ਵੀ ਤੂੰ ਚਲਾ ਜਾ, ਇਹ ਇਹਦੇ 'ਚ ਕੀ ਹੈਗਾ ਜੀ ਕਾਰਨ ਜਾਂ ਮਤਲਬ ਕੀ? ਇਹ ਬੜੀ ਵਾਰੀ ਪਹਿਲੇ ਵੀ ਹੋ ਚੁੱਕਾ ਜੀ, ਫਸਟ ਟਾਈਮ ਪਹਿਲਾਂ ਵੀ ਹੋ ਚੁੱਕਾ ਜੀ। ਹਾਂ ਬਹੁਤ ਵਾਰੀ ਹੋ ਚੁੱਕਾ। ਅੱਛਾ ਜੀ ਠੀਕ। ਪਾਕਿਸਤਾਨ ਨਾਲ ਕਈ ਵਾਰੀ ਹੋ ਚੁੱਕਾ। ਅੱਛਾ ਅੱਛਾ ਜੀ। ਇੰਡੀਆ ਪਾਕਿਸਤਾਨ ਨਾਲ ਹੋ ਚੁੱਕਾ, ਹੋਰ ਮੁਲਕਾਂ ਨਾਲ ਵੀ ਹੋ ਚੁੱਕਾ ਜੀ। ਤੇ ਉਹ ਅਕਸਰ ਇਹ ਚੱਲਦਾ ਸਾਡੇ ਉਹ ਸਾਡੇ ਕੱਢ ਦਿੰਦੇ, ਅਸੀਂ ਉਹਨਾਂ ਦੇ ਕੱਢ ਦਿੰਦੇ, ਬਸ ਇੰਨਾ ਹੀ ਕੰਮ ਹੁੰਦਾ। ਠੀਕ ਹੈ ਜੀ। ਤੇ ਅੰਬੈਸਡਰ ਵਗੈਰਾ ਰਹਿੰਦੇ ਨੇ? ਕੌਂਸਲੇਟਰ ਅੰਬੈਸਡਰ ਰਹਿੰਦੇ ਨੇ ਕਈ ਕੰਟਰੀ 'ਚ। ਅਸੀਂ ਵੀ ਨੌਬਤ ਆਈ ਹੈ ਕਿ ਅੰਬੈਸੀਆਂ ਬੰਦ ਕਰਨੀਆਂ ਪੈ ਗਈਆਂ ਸੀਗੀਆਂ। ਅੱਛਾ ਜੀ। ਬਿਲਕੁਲ ਡਿਪਲੋਮੈਟਿਕ ਰਿਲੇਸ਼ਨ ਜਿਹੜੇ ਸੀ ਬਿਲਕੁਲ ਕਲੋਜ਼ ਹੋ ਗਏ ਸੀ, ਇੰਡੀਆ ਨਾਲ ਨਹੀਂ ਹੋਇਆ ਦੂਸਰੇ ਕੰਟਰੀਜ਼ ਨਾਲ ਹੋਇਆ। ਤੁਹਾਡੇ ਮੁਲਕ 'ਤੇ ਸਾਡੀ ਅੰਬੈਸੀ ਬੰਦ, ਸਾਡਾ ਕੋਈ ਬੰਦਾ ਇੱਥੇ ਨਹੀਂ ਰਹੇਗਾ, ਤੁਹਾਡੇ ਨਾਲ ਕੋਈ ਸਾਡੇ ਡਿਪਲੋਮੈਟਿਕ ਰਿਲੇਸ਼ਨ ਨਹੀਂ ਰਹਿਣਗੇ। ਇਸ ਖਬਰ 'ਚ ਤਾਂ ਕੋਈ ਸੱਚਾਈ ਨਹੀਂ ਹੋਣੀ ਹੈ, ਕਿਸੇ ਨੇ ਮੇਰੇ ਖਿਆਲ ਵੈਸੇ ਹੀ ਪਾਈ 12-13 ਮਿੰਟ ਪਹਿਲਾਂ ਕਿ ਉਹਨਾਂ ਨੇ ਸਲਾਹ ਦਿੱਤੀ ਹੈ ਪੰਜਾਬ ਗੁਜਰਾਤ ਅਤੇ ਰਾਜਸਥਾਨ ਜਿਹੜੇ। ਨਹੀਂ 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 ਇੱਦਾਂ ਦਾ ਕੋਈ ਮਸਲਾ ਨਹੀਂ ਹੈਗਾ, ਇਹ ਤਾਂ ਐਵੇਂ ਕਿਸੇ ਨੇ ਆਪਦੀ ਚਾਹ ਪੂਰਾ ਕਰ ਦਿੱਤੀ। ਫੇਸਬੁੱਕ ਤੇ 90% ਤਾਂ ਇੱਦਾਂ ਦੀ ਖਬਰ ਹੈ, 90% ਬਿਲਕੁਲ ਅਰਥੀ ਹੁੰਦੀ ਹੈ, ਕੋਈ ਉਹਨਾਂ ਦਾ ਹੈਡਿੰਗ ਇੱਦਾਂ ਦਾ ਪਾਉਣਗੇ ਤਾਂ ਪਤਾ ਨਹੀਂ ਅੰਦਰ ਕਿੰਨੀ ਸੈਂਸੇਸ਼ਨਲ ਹੈਗੀ ਹੈ, ਪਰ ਵਿੱਚ ਤੁਸੀਂ ਸੁਣੋ ਤੇ ਪੜ੍ਹੋ ਕੁਝ ਕੱਖ ਨਹੀਂ ਹੁੰਦਾ, ਕੱਖ ਨਹੀਂ ਹੁੰਦਾ, ਜੰਮੀ ਕੱਖ ਨਹੀਂ। ਚਲੋ ਮਿਹਰਬਾਨੀ, ਇਹ ਚੀਜ਼ ਹੈ ਜੀ, ਬਹੁਤ ਮਿਹਰਬਾਨੀ ਜੀ ਸਤਿੰਦਰ ਸਰ, ਧੰਨਵਾਦ ਜੀ, ਧੰਨਵਾਦ, ਬਹੁਤ ਮਿਹਰਬਾਨੀ ਜੀ। ਮਨਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਹਾਂਜੀ ਕਿੱਦਾਂ ਜੀ, ਕੀ ਮਾਹੌਲ ਹੈ ਤੁਹਾਡਾ? ਮਾਹੌਲ ਪਹਿਲੀ ਗੱਲ ਤਾਂ ਚਲੋ ਜੋ ਟੂਡੋ ਸਾਹਿਬ ਨੇ ਬਹੁਤ ਸਹੀ ਗੱਲ ਕਹੀ ਹੈ ਵੀ ਜਿਹੜਾ ਕੋਈ ਵੀ ਸਾਡੇ ਸਿਟੀਜਨ ਨੂੰ ਗੌਰਮੈਂਟ ਮਾਰੂਗੀ ਵੀ ਅਸੀਂ ਉਹਦਾ ਉਹਦੇ ਨਾਲ ਨਹੀਂ ਸਹਿਮਤ, ਬਰਦਾਸ਼ਤ ਨਹੀਂ ਕਰਾਂਗੇ। ਪਰ ਬਹੁਤ ਵੱਡਾ ਵੱਡਾ ਬਿਆਨ ਆ ਜੀ, ਬਹੁਤ ਆਪਣੇ ਆਪ ਜੇ ਦੇਖਿਆ ਜਾਵੇ ਗੱਲ ਉਹਨਾਂ ਨੇ ਤਾਂ 2 ਮਿੰਟ 'ਚ ਮੁਕਾਤੀ ਹੋਣੀ, ਪਰ ਬਹੁਤ ਹੀ ਵੱਡੀ ਗੱਲ ਹੈ ਇਹ। ਇੰਟਰਨੈਸ਼ਨਲ ਲੈਵਲ ਤੇ ਜਿਹੜਾ ਕੋਈ ਬਿਆਨ ਦੇਣਾ ਚਾਹੇ ਗੱਲਾਂ ਜਿੰਨੀਆਂ ਮਰਜ਼ੀ ਮਾਰੀਆਂ। ਅੱਜ ਮੈਂ ਬਹਿਸ ਤੇ ਵੀ ਦੇਖ ਰਿਹਾ ਸੀਗਾ, ਸਰਦਾਰ BJP ਆ ਕਹਿੰਦਾ ਉਹਦਾ ਘਰ ਵਾਲੀ ਦਾ ਬੋਸ ਬੋਸ ਹੈ ਫਲਾਨਾ, ਗੁੱਸੇ ਜਿਹਾ ਉਹ ਕਹਿੰਦਾ ਤੂੰ ਉਹਦੀ ਨਿੱਜੀ ਲਾਈਫ, ਇਹ ਇੰਟਰਨੈਸ਼ਨਲ ਮਾਮਲਾ, ਤੂੰ ਉਹਦੀ ਨਿੱਜੀ ਲਾਈਫ 'ਚ ਜਾ ਰਿਹਾ, ਤੁਹਾਨੂੰ ਇਹ ਜਿਹੜੀ ਗੱਲ ਪੁੱਛ ਰਹੇ ਉਹ ਦੱਸੋ। ਇਹ ਬਹੁਤ ਛੇਤੀ ਜਾਂਦੇ ਨੇ ਜੀ ਇਹ ਨਿੱਜੀ ਲਾਈਫ ਦੇ ਵਿੱਚ ਸਾਰੇ ਲੀਡਰ ਵੀ। ਦੂਸਰੀ ਗੱਲ ਆ, ਦੂਸਰੀ ਗੱਲ ਇਹ ਡੰਗਿਆਈ ਨਾ, ਚੱਕਰ ਇਹ ਆ ਨਾ ਅਮਰੀਕਾ ਤੋਂ ਥੋੜਾ ਇੰਡੀਆ ਸਮਾਰਟ ਬਗਿਆ ਸੀ ਮੋਦੀ ਸਾਹਿਬ, ਜਦੋਂ ਹੁਣ ਇਹਨਾਂ ਦੇ ਰਸ਼ੀਆ ਨਾਲ ਹਾਲਾਤ ਖਰਾਬ ਹੋਏ, ਇੰਡੀਆ ਵਾਲਿਆਂ ਨੇ ਫਾਇਦਾ ਚੁੱਕਿਆ, ਉਹਨਾਂ ਤੋਂ ਰੁਪਈਆਂ 'ਚ ਆਇਲ ਖਰੀਦਿਆ। ਹਾਂਜੀ। ਉਹ 'ਚ ਅਮੈਰੀਕਾ ਵਾਲਿਆਂ ਨੂੰ ਬਹੁਤ ਦੁੱਖ ਲੱਗਾ ਵੀ ਇਹ ਬਾਕੀਆਂ ਨੂੰ ਬੈਨ ਕਰ, ਇੰਡੀਆ ਦਾ ਸਾਡੇ ਨਾਲ ਸਮਾਰਟ ਵਗਿਆ, ਤੇ ਉਹਦੇ ਚੱਕਰ 'ਚ ਆ ਕਿ ਜਿਹੜਾ ਅਮੈਰੀਕਾ ਦੇ ਅੰਡਰ ਹੀ ਕੈਨੇਡਾ ਚੱਲਦਾ, ਤੇ ਜੇ ਇਹਨੇ ਕੋਈ ਵੀ ਕੈਨੇਡਾ ਵਾਲੇ ਕੋਈ ਪੰਗਾ ਲੈਣਗੇ ਅਮੈਰੀਕਾ ਉਹਨਾਂ ਨੇ ਨਾਲ ਹੀ ਲੈਣਾ,
ਕਾਰਪੋਰੇਟ ਵਾਲਾ ਦਾ ਅੰਡਰ ਕਹਿ ਲਓ ਚਾਹੇ ਸਲਾਹ ਨਾ ਕਹਿ ਲਓ ਦੋਨੋਂ ਗੱਲ ਬਰਾਬਰ ਹੀ ਆ ਇਹ ਦੋਨੇ ਸਲਾਹ ਆ ਸਿੱਧੀ ਗੱਲ ਆ ਅਮਰੀਕਾ ਦਾ ਕੈਨੇਡਾ ਸ਼ੁਰੂ ਤੋਂ ਅਮਰੀਕਾ ਦੀ ਉਂਗਲਾਂ ਤੇ ਚੱਲਦਾ ਇਹ ਜੋ ਅਮਰੀਕਾ ਨੇ ਕਹਿਣਾ ਕੈਨੇਡਾ ਨੇ ਉਹ ਕਰਨਾ ਬਿਲਕੁਲ ਜੀ ਬਿਲਕੁਲ ਚਲੋ ਹੁਣ ਬਿਸ਼ੱਕ ਵੀ ਤੇ ਪ੍ਰੈਜ਼ੀਡੈਂਟ ਮਾੜਾ ਆ ਪਰ ਜਿਹੜੇ ਮੋਹਰਲੇ ਮੰਤਰੀ ਮੁੰਤਰੀ ਹੁੰਦੇ ਜੋ ਵੀ ਆ ਉਹਨਾਂ ਨੂੰ ਪਤਾ ਹੁੰਦਾ ਵੀ ਜੇ ਕੋਈ ਸਾਡੇ ਮੁਲਕ ਨੂੰ ਨੁਕਸਾਨ ਪਹੁੰਚਾਉਂਦਾ ਇਹ ਆਪ ਨਹੀਂ ਸਿੱਧਾ ਤੀਰ ਮਰਵਾਉਂਦੇ ਦੂਜੇ ਤੋਂ ਮਰਵਾ ਸਹੀ ਗੱਲ ਹੈ ਬਿਲਕੁਲ ਸਹੀ ਚਲੋ ਹਾਂਜੀ ਹਾਂਜੀ ਮਿਹਰਬਾਨੀ ਜੀ ਇਸ ਕਰਕੇ ਤਾਂ ਡੈਮੋਕ੍ਰੇਸੀ ਆ ਮੈਂ ਕਿਹਾ ਹਾਂਜੀ ਚਲੋ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਜੀ ਸਰਦਾਰ ਕੇਵਲ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਸਰਦਾਰ ਕੇਵਲ ਸਿੰਘ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜਗਤਾਰ ਸਿੰਘ ਜੀ ਜੀ ਸਰ ਬਹੁਤ ਬਹੁਤ ਸਵਾਗਤ ਹੈ ਕੀ ਵਿਚਾਰਾਂ ਵਿਚਾਰ ਤਾਂ ਹੁਣ ਆਹੀ ਮੁੱਦਾ ਆ ਜਿਹੜਾ ਕੈਨੇਡਾ ਤੇ ਇੰਡੀਆ ਦਾ ਚੱਲਦਾ ਇਹ ਹਾਂਜੀ ਗੱਲ ਵੱਧ ਗਈ ਕਹਿ ਲਓ ਜਾਂ ਜਾਣ ਬੁੱਝ ਕੇ ਵਧਾਈ ਆ ਕੋਈ ਨਾ ਕੋਈ ਕਿਸੇ ਨਾ ਕਿਸੇ ਪਾਸੇ ਤਾਂ ਕੋਈ ਗੱਲ ਹੈਗੀ ਆ ਇਹਨਾਂ ਦੀ ਜਿਹੜੀ ਚੱਲਦੀ ਸੀ ਨਾ ਪਹਿਲਾਂ ਟਸਲ ਜੇ ਜਿੱਦਾਂ ਸੀ ਪਹਿਲਾਂ ਦੋ ਵਾਰੀ ਟਰੂਡੋ ਆਇਆ ਜਾਂ ਇੱਦਾਂ ਹੋਇਆ ਹੁਣ ਵੀ ਜ਼ਿਆਦਾ ਆਇਆ ਜੀ ਟਵੰਟੀ ਤੇ ਹਾਂਜੀ ਤੇ ਹੁਣ ਮੋਦੀ ਨੇ ਇਹੀ ਕਿਹਾ ਸੀ ਆਪਣੇ ਜਿਹੜੇ ਹੈਗੇ ਆ ਖਾਲਿਸਤਾਨੀ ਇਹਨਾਂ ਨੂੰ ਫੜ ਕੇ ਅੰਦਰ ਦੇ ਹਾਂਜੀ ਆ ਕਿਹਾ ਸੀ ਤੇ ਉਹ ਕਹਿੰਦਾ ਸਾਡੇ ਮੁਲਕ ਦੇ ਵਿੱਚ ਆਜ਼ਾਦੀ ਆ ਬੋਲਣ ਦੀ ਕਿਸੇ ਨੂੰ ਅਸੀਂ ਨਹੀਂ ਕਹਿ ਸਕਦੇ ਕੁਛ ਵੀ ਬਾਕੀ ਹੁਣ ਜਿਹੜਾ ਏਜੰਸੀ ਜਿਹੜੀ ਆ ਅਮਰੀਕਾ ਦੀ ਤੇ ਕੈਨੇਡਾ ਦੀ ਬਹੁਤ ਚਿਰ ਦੀ ਲੱਗੀ ਸੀ ਇਹਦੀ ਇਨਵੈਸਟੀਗੇਸ਼ਨ ਕਰਦੀ ਤੇ ਉਹਨੇ ਦੋਨਾਂ ਦੇ ਮੁਲਕਾਂ ਨੇ ਕੱਢ ਕੇ ਤੇ ਹੁਣ ਇਹ ਸਾਹਮਣੇ ਰੱਖਤਾ ਬਿਆਨ ਤਾਂ ਦਿੱਤਾ ਇਹਨੂੰ ਕਹਿੰਦਾ ਮੈਂ ਪੱਕੇ ਪੈਰੀ ਬਿਆਨ ਦਿੰਦਾ ਇਹ ਟਰੂਡੋ ਕਹਿੰਦਾ ਇਹ ਹਾਂਜੀ ਹੋ ਸਕਦਾ ਸਲਾਹ ਨਾਲ ਹੀ ਹੋਵੇ ਜੀ ਅਮਰੀਕਾ ਦੀ ਕੋਈ ਵੱਡੀ ਗੱਲ ਨਹੀਂ ਅਮਰੀਕਾ ਨੇ ਇੰਡੀਆ ਨੂੰ ਕਿਹਾ ਤੁਸੀਂ ਇਹਦਾ ਸਹਿਯੋਗ ਦਿਓ ਇਹਦੇ ਵਿੱਚ ਇਹਨਾਂ ਮੁਲਕ ਕੈਨੇਡਾ ਤੇ ਆਪਣਾ ਇੰਗਲੈਂਡ ਤੇ ਆਸਟ੍ਰੇਲੀਆ ਤੇ ਅਮਰੀਕਾ ਇਕੱਠੇ ਹੋ ਗਏ ਚਾਰ ਇਹਨਾਂ ਦਾ ਆਸਟ੍ਰੇਲੀਆ ਦੇ ਵਿੱਚ ਵੀ ਹੈ ਜੀ ਇਹ ਸੇਮ ਪ੍ਰੋਬਲਮ ਕਹਿ ਲਓ ਪਜਾਏ ਜਿਹੜੇ ਮਜ਼ਾਰੇ ਹੁੰਦੇ ਨੇ ਅਮਰੀਕਾ ਦੇ ਵਿੱਚ ਵੀ ਆ ਕੈਨੇਡਾ 'ਚ ਵੀ ਹੈ ਉਹ ਜਿਹੜਾ ਨਾਰੇ ਲਿਖੇ ਆ ਉਹ ਹਿੰਦੂ ਕੱਟੜਵਾਦੀਆਂ ਨੇ ਲਿਖੇ ਸੀ ਉਹਦਾ ਕੈਮਰੇ ਉਹਨਾਂ ਨੇ ਦਿਖਾਲਦੇ ਇਹਨਾਂ ਨੂੰ ਹਾਂਜੀ ਉਹਨਾਂ ਕੈਮਰਿਆਂ 'ਚ ਆਏ ਹੋਏ ਆ ਉਹਨਾਂ ਦੇ ਨਾਲ ਬਿਲਕੁਲ ਬਿਲਕੁਲ ਪਰ ਇਹ ਹੈ ਤਾਂ ਜੀ ਕੋਸ਼ਿਸ਼ ਜਿਹੜੀ ਆ ਕੁਛ ਹੋਣਗੇ ਵੀ ਥੋੜ੍ਹੇ ਬਹੁਤ ਬੰਦੇ ਇੱਦਾਂ ਦੇ ਆ ਸਿੱਖਾਂ ਦੇ ਵਿੱਚ ਪਰ ਜ਼ਿਆਦਾ ਤਾਂ ਵਾੜੇ ਜਾਂਦੇ ਨੇ ਨਕਲੀ ਬਣਾ ਕੇ ਅਤੇ ਉਹ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜਿਹੜਾ ਤੁਸੀਂ ਇੱਕ ਮੀਡੀਆ ਨੇ ਕੱਢਿਆ ਇੱਕ ਇਹਨਾਂ ਸਟੇਟਾਂ 'ਚ ਨਾ ਜਾਇਓ ਇਹ ਗਲਤ ਆ ਇਹ ਤਾਂ ਐਵੇਂ ਨਹੀਂ ਇਹ ਤਾਂ ਉਹੀ ਕਿਸੇ ਨੇ ਕਰਿਆ ਜੀ ਇਹਨੇ ਉਸ ਦੀ ਪਾਰਟੀ ਟਰੂਡੋ ਸਾਹਿਬ ਦੀ ਫੋਟੋ ਲਾ ਕੇ ਤਾਂ ਇਹ ਤਾਂ ਕੋਈ ਤੁੱਕ ਹੀ ਨਹੀਂ ਬਣਦੀ ਕਿਸੇ ਤੁੱਕ ਹੀ ਨਹੀਂ ਬਣਦੀ ਭੁਣ 0% ਨਹੀਂ ਬਣਦੀ ਤੁੱਕ ਹੁਣ ਟਰੂਡੋ ਕਹਿੰਦਾ ਵੀ ਇਨਵੈਸਟੀਗੇਸ਼ਨ ਖਤਮ ਹੋ ਲੈਂਦੇ ਮੈਂ ਪੱਕੇ ਪ੍ਰੂਫ ਦਊਂਗਾ ਕਿੱਦਾਂ ਕੌਣ ਸੀ ਕਿੱਦਾਂ ਹੈਗੀ ਪ੍ਰਵੀਨ ਕੁਮਾਰ ਹੈਗਾ ਆਪਣੇ ਇੰਟੈਲੀਜੈਂਸ ਦਾ ਹੈਗਾ ਚੇਅਰਮੈਨ ਆ ਜਿਹੜੀ ਹੈਗੀ ਆ ਰਾਜ ਏਜੰਸੀ ਅੱਛਾ ਉਹਦਾ ਚੇਅਰਮੈਨ ਆ ਇਹ ਅੱਛਾ 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 ਚਲੋ ਮਿਹਰਬਾਨੀ ਜੀ ਬਹੁਤ ਕੈਨੇਡਾ ਦੇ ਵਾਸੀ ਰਹੇ ਤੇ ਕੈਨੇਡਾ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਧੀਰ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਹਾਂਜੀ ਸਰਦਾਰ ਜਗਤਾਰ ਸਿੰਘ ਜੀ ਸਤਿ ਸ਼੍ਰੀ ਅਕਾਲ ਸਾਰੇ ਭੈਣਾਂ ਭਰਾਵਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਅਤੇ ਤੁਸੀਂ ਸਰ ਕੈਨੇਡਾ 'ਚ ਰਹਿੰਦੇ ਹੋ ਤੁਹਾਡੇ ਕੋਲ ਵੈਸੇ ਵੀ ਅਪਡੇਟ ਜ਼ਿਆਦਾ ਹੁੰਦੀਆਂ ਕੈਨੇਡਾ ਦੀਆਂ ਅਤੇ ਇਹਦੇ ਕੀ ਅਪਡੇਟ ਹੈਗੀ ਆ ਇਹ ਹੋ ਗਿਆ ਸੀ ਟਰੂਡੋ ਸਾਹਿਬ ਦਾ ਬਿਆਨ ਸੀ ਉਧਰੋਂ ਡਿਪਲੋਮੈਟ ਜਿਹੜਾ ਸੀਗਾ ਜੀ ਉਹਨੂੰ ਭੁਰੇ ਭੇਜਤਾ ਉਧਰੋਂ ਉਹਨਾਂ ਨੇ ਭੇਜਤਾ ਅਤੇ ਉਦੋਂ ਬਾਅਦ ਫਿਰ ਟਰੂਡੋ ਸਾਹਿਬ ਦਾ ਬਿਆਨ ਆਇਆ ਕਿ ਸਾਡਾ ਉਕਸਾਉਣਾ ਮਤਲਬ ਨਹੀਂ ਸਹੀ ਤਾਂ ਸਹੀ ਤਰੀਕੇ ਨਾਲ ਨਜਿੱਠਣ ਦੀ ਗੱਲ ਕਰਦੇ ਹਾਂ ਹਾਂਜੀ ਮੈਂ ਸਾਰੀ ਜ਼ਿੰਦਗੀ ਇੱਥੇ ਕੈਨੇਡਾ ਦੇ ਵਿੱਚ ਰਿਹਾ ਅਰਲੀ 70 ਦੇ ਵਿੱਚ ਆ ਗਿਆ ਸੀ ਪਰ ਮੈਂ ਅੱਜ ਤੱਕ ਕਦੇ ਵੀ ਇੰਡੀਆ ਦੇ ਤੇ ਕੈਨੇਡਾ ਦੇ ਡਿਪਲੋਮੈਟ ਬਾਹਰ ਦੇਸ਼ ਤੋਂ ਬਾਹਰ ਕੱਢਦੇ ਕਦੇ ਵੀ ਕੋਈ ਇਹੋ ਜਿਹੇ ਵਾਰਦਾਤ ਨਹੀਂ ਹੋਈ ਜੀ ਜੋ ਹੋਣ ਹੋਈ ਹੈ ਇਹ ਦੇਖੋ ਟਰੂਡੋ ਸਾਹਿਬ ਨੇ ਕਿਹਾ ਵੀ ਸਾਡਾ ਕੋਈ ਅਸੀਂ ਇਸ ਨੂੰ ਜ਼ਿਆਦਾ ਬਹੁਤਾ ਉੱਤੇ ਜਾਂ ਇਸ ਸਾਡੇ ਜਿਹੜੇ ਸੰਬੰਧ ਨੇ ਇਹਨਾਂ ਨੂੰ ਬਹੁਤਾ ਖਰਾਬ ਨਹੀਂ ਹੋਣ ਦੇਣਾ ਚਾਹੀਦਾ ਤੇ ਇਹਨਾਂ ਨੂੰ ਇੱਥੇ ਰੋਕਣਾ ਚਾਹੀਦਾ ਪਰ ਜਿਹੜੀ ਇੰਡੀਆ ਦੀ ਗੌਰਮੈਂਟ ਆ ਉਹਨਾਂ ਦਾ ਮੀਡੀਆ ਜਿਹੜੀ ਨਿਊਜ਼ ਦੇਈ ਜਾ ਰਿਹਾ ਕਿ ਦੇਖੋ ਜੀ ਆਤੰਕਵਾਦੀ ਉਹ ਤਾਂ ਹਰ ਇੱਕ ਬੰਦੇ ਨੂੰ ਜਿਹੜਾ ਇੰਡੀਆ ਦੇ ਆਤੰਕਵਾਦੀ ਬਣਾਈ ਜਾ ਰਹੇ ਨੇ ਟਰੂਡੋ ਸਾਹਿਬ ਦਾ ਬਿਆਨ ਉੱਥੇ ਨੈਸ਼ਨਲ ਟੀਵੀਆਂ ਤੇ ਨਹੀਂ ਬੜਾ ਦਿਖਾਇਆ ਨੈਸ਼ਨਲ ਟੀਵੀਆਂ ਤੇ ਜਿਹੜਾ ਜਵਾਬ ਆ ਉਹੀ ਦਿਖਾਈ ਜਾਂਦੇ ਆ ਹਾਂਜੀ ਤੇ ਇਹ ਦੇਖੋ ਹਰ ਕੋਈ ਹੁਣ ਤੁਸੀਂ ਆਪਾਂ ਗੱਲਾਂ ਕਰਦੇ ਹਾਂ ਇਸ ਮਸਲੇ ਤੇ ਕੀ ਅਸੀਂ ਅੱਤਵਾਦੀ ਬਣ ਗਏ ਹਾਂਜੀ
ਠੀਕ ਹੈ, ਇਹ ਸਾਨੂੰ ਬੋਲਣ ਦਾ ਇੰਨਾ ਵੀ ਅਧਿਕਾਰ ਨਹੀਂ ਹੈਗਾ। ਕੋਈ ਵੀ ਆਵੇ, ਚਾਹੇ ਕੋਈ ਹਿੰਦੂ ਵੀਰ ਆਵੇ, ਮੁਸਲਮਾਨ ਵੀਰ ਆਵੇ, ਤੁਹਾਡਾ ਜਿਹੜਾ ਪ੍ਰੋਗਰਾਮ ਆ ਉਹ ਖੁੱਲ੍ਹਾ, ਕੋਈ ਆ ਕੇ ਇੱਥੇ ਗੱਲ ਕਰ ਸਕਦਾ, ਆਪਣੇ ਵਿਚਾਰ ਦੇ ਸਕਦਾ। ਬਿਲਕੁਲ ਜੀ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਜਿਹੜੇ ਤੁਸੀਂ ਵਿਚਾਰ ਦਿੰਦੇ ਹੋ ਉਹਦੇ ਨਾਲ ਤੁਸੀਂ ਅੱਤਵਾਦੀ ਬਣ ਗਏ ਜਾਂ ਵੱਖਵਾਦੀ ਬਣ ਗਏ, ਇਹ ਗੱਲ ਨਹੀਂ ਹੈਗੀ। ਪਰ ਤੁਸੀਂ ਦੇਖੋ ਹੁਣ ਮੈਂ ਕੈਪਟਨ ਅਮਰਿੰਦਰ ਸਿੰਘ ਤੇ ਹੈਰਾਨ ਆ, ਉਹ ਗੱਲ ਕੀਤੀ ਮੁਰਦਾ ਬੋਲੇ ਕਫਨ ਪਾੜੇ, ਹਾਂਜੀ ਦੱਸੋ, ਹਾਂਜੀ ਉਹ ਦੱਸੋ, ਉਹ ਆਪਣੀ ਮਾਰੀ ਜਾ ਰਿਹਾ, ਤੈਨੂੰ ਕੋਈ ਪੁੱਛਦਾ ਨੀ, ਹੁਣ ਤੂੰ ਤਿਉਂ ਚ ਨੀ, ਤੇਰਾਂ ਚ ਨੀ, ਤੂੰ ਐਵੇਂ ਆਪਣੇ ਬਿਆਨ ਦੇ ਜਾ ਰਿਹਾ, ਨਾ ਤੈਨੂੰ ਭਾਜਪਾ ਵਾਲਿਆਂ ਨੇ ਕੋਈ ਤੇਰੀ ਪਰਵਾਹ ਕਰਨੀ ਆ, ਤੂੰ ਉੱਥੇ ਤੈਨੂੰ ਨਾ ਤੈਨੂੰ ਕੋਈ ਰੁਤਬਾ ਮਿਲਣਾ ਉਹਦੇ ਵਿੱਚ। ਬਿਲਕੁਲ ਜੀ, ਤੇ ਇਹ ਦੇਖੋ ਹੁਣ ਮੈਂ ਪੰਜਾਬ ਦੇ ਜਿਹੜੇ ਉੱਥੇ ਮਾਂ ਬਾਪ ਬੈਠੇ ਨੇ ਜਿਨ੍ਹਾਂ ਦੇ ਬੱਚੇ ਇੱਥੇ ਆਇਆ, ਉਹਨਾਂ ਨੂੰ ਇਹ ਦੱਸਣਾ ਚਾਹੁੰਦਾ, ਤੁਹਾਡੇ ਬੱਚਿਆਂ ਨੂੰ ਇੱਥੇ ਕੁਛ ਨਹੀਂ ਹੋਣ ਵਾਲਾ, ਕੋਈ ਉਹਨਾਂ ਨੂੰ ਡਿਪੋਰਟ ਨਹੀਂ ਕਰੇਗਾ। ਉਹਦਾ ਕਾਰਨ ਕੀ ਆ? ਉਹਦਾ ਕਾਰਨ ਇਹ ਆ ਇਕਨੋਮਿਕ ਸਿਚੁਏਸ਼ਨ, ਬਿਲਕੁਲ, ਕਿਉਂਕਿ ਬੱਚੇ ਉੱਥੋਂ ਪੈਸਾ ਲੈ ਕੇ ਆਏ ਆ, $1,100 ਇੱਥੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਨੇ ਦਿੱਤਾ, ਸਕੂਲਾਂ ਚ ਕੈਨੇਡਾ ਨੂੰ ਪੈਸੇ ਦੀ ਜ਼ਰੂਰਤ ਆ ਇਕਨੋਮਿਕਲੀ, ਔਰ ਉਹ ਬਹੁਤ ਹੀ ਐਗਜੈਕਟ ਨੰਬਰ ਮੇਰੇ ਖਿਆਲ 40-41 ਕਰੋੜ ਇਸ ਤਰ੍ਹਾਂ ਕੋਈ ਹੈਗਾ ਡਾਲਰ, ਜਿਹੜੇ ਇਹ ਬਾਹਰਲੇ ਸਟੂਡੈਂਟ ਕੈਨੇਡਾ ਦੀ ਇਕੋਨਮੀ ਦੇ ਵਿੱਚ ਪਾਉਂਦੇ ਆ ਜੀ। ਇਸ ਕਰਕੇ ਕੋਈ ਇੰਡੀਆ ਦੇ ਜਿਹੜੇ ਪੇਰੈਂਟਸ ਨੇ ਪੰਜਾਬ ਤੋਂ, ਉਹਨਾਂ ਨੂੰ ਫਿਕਰ ਨਹੀਂ ਕਰਨਾ ਚਾਹੀਦਾ, ਪਰ ਆਪਣੇ ਬੱਚਿਆਂ ਨੂੰ ਉਹ ਹੌਸਲਾ ਦੇਣ ਤੇ ਤੁਸੀਂ ਖੁਸ਼ ਰਹੋ। ਕੈਨੇਡਾ ਦੀ ਗੌਰਮੈਂਟ ਇਹੋ ਜਿਹੀ ਗੌਰਮੈਂਟ ਨਹੀਂ ਹੈਗੀ ਜਿਹੜੀ ਹਰ ਇੱਕ ਬੰਦੇ ਨੂੰ ਚੁੱਕ ਕੇ ਬਾਹਰ ਮਾਰੇਗੀ, ਨਹੀਂ, ਇਸ ਤਰ੍ਹਾਂ ਨਹੀਂ ਹੋਣਾ। ਤੇ ਔਰ ਇਹ ਜਿਹੜੇ ਇੰਡੀਆ ਦਾ ਮੀਡੀਆ ਇੰਨਾ ਇਹ ਜ਼ਿਆਦਾ ਬੋਲਦਾ ਕਿ ਜਸਟਿਨ ਟਰੂਡੋ ਨੇ ਇਹ ਕਿਹਾ, ਜਸਟਿਨ ਟਰੂਡੋ ਨੇ ਉਹ ਕਿਹਾ। ਤੁਸੀਂ ਦੇਖੋ, ਆਪਾਂ ਕੱਲ੍ਹ ਵੀ ਗੱਲ ਕੀਤੀ ਸੀ, ਸਾਡੇ ਇੱਥੇ ਸੰਵਿਧਾਨ, ਵੈਸੇ ਇੰਡੀਆ ਦਾ ਸੰਵਿਧਾਨ ਵੀ ਏਦਾਂ ਹੀ ਆ, ਅਮੈਰੀਕਾ ਦੇ ਵਿੱਚ ਵੀ ਹਰ ਇੱਕ ਬੰਦੇ ਨੂੰ ਬੋਲਣ ਦੀ ਆਜ਼ਾਦੀ ਆ, ਪਰ ਇੰਡੀਆ ਦੇ ਵਿੱਚ ਜਿਹੜਾ ਬੰਦਾ ਭਾਜਪਾ ਦੇ ਖਿਲਾਫ਼ ਬੋਲੇ ਉਹ ਦੇਸ਼ ਧਰੋਹੀ ਭੁਗਤਾਰ ਹੈ, ਹਾਂਜੀ, ਜਿਹੜਾ ਭਾਜਪਾ ਦੇ, ਹਾਂਜੀ, ਤੇ ਕਾਂਗਰਸ ਵਾਲੇ ਬੋਲਦੇ ਨੇ ਉਹਨਾਂ ਨੂੰ ਵੀ ਏਦਾਂ ਕਹਿ ਦਿੰਦੇ ਨੇ, ਪਰ ਇੱਥੇ ਬੋਲਣ ਦੀ ਆਜ਼ਾਦੀ ਆ। ਤੇ ਇੰਨਾ ਪ੍ਰੈਸ਼ਰ ਪਾਇਆ ਜਾ ਰਿਹਾ, ਕਿੱਦਾਂ ਕੈਨੇਡਾ ਦੀ ਗੌਰਮੈਂਟ ਕਿੱਦਾਂ ਇਹਨਾਂ ਨੂੰ ਕਹਿ ਸਕਦੀ ਹੈ ਵੀ ਆਪਣੇ ਤੁਸੀਂ ਰੇਡੀਓ ਪ੍ਰੋਗਰਾਮ ਬੰਦ ਕਰੋ ਜਾਂ ਮਜ਼ਾਰੇ ਬੰਦ ਕਰੋ, ਕਿਵੇਂ ਕਹਿ ਸਕਦੀ ਆ? ਸਾਡੇ ਕਿਊਬਕ ਦੇ ਵਿੱਚ ਪਾਰਟੀ ਕਿਊਬਕ ਆ, ਪਾਰਟੀ ਕਿਊਬਕ ਆ ਜਿਹੜੀ ਸੈਪਰੇਟ ਪਾਰਟੀ ਆ ਉਹ, ਔਰ ਉਹਦੇ ਤੁਸੀਂ ਦੇਖੋ ਜੱਗੀ ਜੀ ਉਹ ਇਲੈਕਸ਼ਨ ਵੀ ਲੜਦੇ ਨੇ, ਉਹਦੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ 48 ਮੈਂਬਰ ਬੈਠੇ ਆ, ਹਾਲਾਂਕਿ ਉਹ ਕੈਨੇਡਾ ਤੋਂ ਅਲੱਗ ਹੋਣਾ ਚਾਹੁੰਦੇ ਨੇ। ਦੋ ਵਾਰੀ ਉਹਨਾਂ ਨੇ ਰੈਫਰੈਂਡਮ ਵੀ ਕੀਤਾ, ਕੈਨੇਡਾ ਦੀ ਹਕੂਮਤ ਨੇ ਅਲਾਊਡ ਕੀਤਾ ਰੈਫਰੈਂਡਮ, ਕਿ ਇੰਡੀਆ ਦੀ ਗੌਰਮੈਂਟ ਰੈਫਰੈਂਡਮ ਅਲਾਊਡ ਕਰ ਦੂਗੀ? ਆਈ ਡੋਂਟ ਥਿੰਕ ਸੋ, ਬਿਲਕੁਲ ਨਹੀਂ ਕਰੂ। ਉਹ ਤਾਂ ਇੱਥੇ ਵੀ ਦੇਖੋ ਜਿਹੜਾ ਰੈਫਰੈਂਡਮ ਹੋਇਆ ਆਪਣੇ ਇੱਥੇ ਸਰੀ ਦੇ ਵਿੱਚ, ਉਸੇ ਗੁਰੂ ਘਰ ਦੇ ਵਿੱਚ ਜਿੱਥੇ ਹਰਜੀਤ ਸਿੰਘ ਨਿੱਜਰ ਨੂੰ ਕਤਲ ਕੀਤਾ ਗਿਆ, ਉੱਥੇ ਦੇ ਪ੍ਰਧਾਨ ਸੀ, ਉੱਥੇ ਜਦੋਂ G20 ਹੋ ਰਿਹਾ ਸੀ ਤਾਂ ਉੱਥੇ ਰੈਫਰੈਂਡਮ ਹੋ ਰਿਹਾ ਸੀ, 1,30,000 ਲੋਕਾਂ ਨੇ ਵੋਟਾਂ ਪਾਈਆਂ ਨੇ ਜੀ। ਚਲੋ ਮਿਹਰਬਾਨੀ, ਤੁਹਾਡਾ ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਨਾਲ ਨਾਲ ਪ੍ਰੋਗਰਾਮ ਦਾ ਸਮਾਂ ਖਤਮ, ਮੈਂ ਉਮੀਦ ਕਰਦਾ ਪ੍ਰੋਗਰਾਮ ਠੀਕ ਲੱਗਿਆ ਹੋਊਗਾ। ਅਤੇ ਲਾਈਵ ਪ੍ਰੋਗਰਾਮਾਂ ਦੀ ਗੱਲ ਜ਼ਰੂਰ ਦੱਸ ਦੇਵਾਂ, ਕਬੱਡੀਆਂ ਦੀ ਖਾਸ ਤੌਰ 'ਤੇ 23 ਸਤੰਬਰ ਨੂੰ ਨਿਊਯਾਰਕ ਦੇ ਵਿੱਚ ਕਬੱਡੀ ਕੱਪ ਹੋ ਰਿਹਾ, ਉਹ ਦਿਖਾਵਾਂਗੇ ਸਿੱਧਾ ਪ੍ਰਸਾਰਣ ਜਸ ਪੰਜਾਬੀ 'ਤੇ, 24 ਨੂੰ ਬੇਕਰਜ਼ ਫੀਲਡ, 30 ਨੂੰ ਮੋਡੈਸਟੋ, 1 ਤਰੀਕ ਨੂੰ ਹੋ ਰਿਹਾ ਹੈਗਾ ਜੀ ਸੈਕਰਾਮੈਂਟੋ ਦੇ ਵਿੱਚ, ਸਾਰਿਆਂ ਦਾ ਸਿੱਧਾ ਪ੍ਰਸਾਰਣ ਦਿਖਾਵਾਂਗੇ। ਅਤੇ ਕੱਲ੍ਹ ਦਾ ਰੂਟ ਜਿਹੜਾ ਕਹਿੰਦੇ ਗੇੜੀ ਰੂਟ, ਉਹ ਹੈਗਾ ਬੇਕਰਜ਼ ਫੀਲਡ ਵੱਲ ਦਾ, ਸਦਰਸ਼ਨ ਮੇਲੇ ਕਰਦੇ ਆ। ਮੈਨੂੰ ਆ ਗਿਆ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।